ਸਵਾਗਤ ਹੈ ਜੀ ਅੱਜ ਦੀ ਕਲਾਸ ਦੇ ਵਿੱਚ ਸਾਰਿਆਂ ਦਾ ਸਵਾਗਤ ਕਰਦੇ ਹਾਂ ਟਾਲੀਵਾਲ ਕਲਾਸ ਦੇ ਵਿੱਚ ਜਿਹਦੇ ਵਿੱਚ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਅੱਜ ਤੋਂ ਨੈਟ ਦੀਆਂ ਕਲਾਸਾਂ ਨੈਟ ਜੁਜিসি ਜਿਹਨੂੰ ਆਪਾਂ ਬੋਲਦੇ ਹਾਂ ਪੰਜਾਬੀ ਦੇ ਰਿਗਾਰਡਿੰਗ ਕਰ ਰਹੇ ਹਾਂ ਜੀ ਉਹਦੇ ਵਿੱਚੋਂ ਅੱਜ ਆਪਾਂ ਪਹਿਲਾ ਟੌਪਿਕ ਕਰਾਂਗੇ ਜਿਸ ਦੇ ਵਿੱਚ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਦੇ ਟੈਸਟ ਸੀਰੀਜ਼ ਹੋਣਗੀਆਂ ਉਹਨਾਂ ਦਾ ਹੋਰ ਵੀ ਜੋ ਕੰਮ ਹੋਏਗਾ ਉਹ ਤੁਸੀਂ ਦੇਖ ਸਕਦੇ ਹੋ ਕਲਾਸ ਹੈ ਜਾਂ ਕਿਸੇ ਨੇ ਕੋਈ ਕਲਾਸਾਂ ਨੂੰ ਜੁਆਇਨ ਕਰਨਾ ਆਪਣਾ ਗਰੁੱਪ ਹੈ ਉਸ ਦੇ ਵਿੱਚ ਤੁਸੀਂ ਐਡ ਹੋ ਸਕਦੇ ਹੋ ਤੇ ਸਾਡਾ ਇੱਕ ਨਿੱਕਾ ਜਿਹਾ ਉਪਰਾਲਾ ਕਿ ਜਿੰਨੀ ਕਿ ਹੈਲਪ ਹੋ ਕਰ ਸਕਦੇ ਹਾਂ ਅਸੀਂ ਚਾਹੇ ਉਹ ਕਿਸੇ ਵੀ ਖੇਤਰ ਦੇ ਨਾਲ ਸੰਬੰਧ ਰੱਖਦੇ ਹੋਣ ਆਪਣੇ ਅਲੱਗ-ਅਲੱਗ ਗਰੁੱਪ ਚੱਲ ਰਹੇ ਨੇ ਜੀ ਸਟੱਡੀ ਦੇ ਨਾਲ ਸੰਬੰਧਤ ਜਿੰਨੀ ਹੈਲਪ ਕਰ ਸਕਦੇ ਹਾਂ ਜੀ ਉੰਨੀ ਕਰ ਰਹੇ ਹਾਂ ਬਟ ਆਪਾਂ ਉਮੀਦ ਕਰਦੇ ਹਾਂ ਕਿ ਜਿਹੜੇ ਪੜਨ ਵਾਲੇ ਸਟੂਡੈਂਟ ਨੇ ਜੀ ਸਿਰਫ ਉਹ ਜੁਆਇਨ ਕਰਿਆ ਕਰਨ ਯਾਰ ਗਰੁੱਪ ਨੂੰ ਜੁਆਇਨ ਕਰ ਲੈਂਦੇ ਆ ਬਾਅਦ ਵਿੱਚ ਨਾ ਉਹ ਟੈਸਟ ਜੁਆਇਨ ਕਰਦੇ ਆ ਨਾ ਕਲਾਸਾਂ ਨੂੰ ਉਹ ਆਨਲਾਈਨ ਲਾਂਦੇ ਨੇ ਤਾਂ ਉਹ ਬਹੁਤ ਸਾਰੀਆਂ ਮੁਸ਼ਕਲਾਂ ਹੁੰਦੀਆਂ ਨੇ ਜੀ ਤਾਂ ਉਮੀਦ ਕਰਦਾ ਕਿ ਸਿਰਫ ਕੋਸ਼ਿਸ਼ ਕਰਿਓ ਕਿ ਪੜਨ ਦੇ ਇਰਾਦੇ ਦੇ ਨਾਲ ਇਹ ਆਉ ਆਉਣ ਵਾਲੇ ਸਮੇਂ 'ਚ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਪੋਸਟਾਂ ਆ ਰਹੀਆਂ ਨੇ ਤਾਂ ਉਹਨਾਂ ਦੇ ਲਈ ਬੜਾ ਜ਼ਰੂਰੀ ਆ ਕਿ ਤੁਸੀਂ ਆਉਦੇ ਆ ਜੋ ਪੜ੍ਹਾਈ ਨੂੰ ਜਾਰੀ ਰੱਖੋ ਤੇ ਮੈਂ ਉਮੀਦ ਕਰਦਾ ਕਿ ਤੁਹਾਡੇ ਸਾਰਿਆਂ ਦੀ ਕਿਸੇ ਨਾ ਕਿਸੇ ਰੂਪ ਵਿੱਚ ਇਹ ਵੀਡੀਓ ਹੈਲਪ ਕਰੇਗੀ ਹੈਲਪ ਕਰੇਗੀ ਤੁਹਾਡੇ ਕਿਸੇ ਨਾ ਕਿਸੇ ਟਾਪਿਕ ਤੇ ਤੇ ਅੱਜ ਵਾਲੀ ਜਿਹੜੀ ਵੀਡੀਓ ਹੈ ਉਸ ਦੀ ਗੱਲ ਕਰਦੇ ਹਾਂ ਜੀ ਉਸ ਟਾਪਿਕ ਦੀ ਗੱਲ ਕਰਦੇ ਅੱਜ ਦਾ ਆਪਣਾ ਟਾਪਿਕ ਹੈ ਜੀ ਪ੍ਰਵਾਸ ਤੇ ਉਸ ਦੀ ਆਪਾਂ ਕੋਸ਼ਿਸ਼ ਕਰਾਂਗੇ ਉਹਦੀ ਪ੍ਰਵਾਸਾ ਕਿ ਉਹਦਾ ਸਰੂਪ ਕੀ ਹੈ ਪ੍ਰਵਾਸ ਕੀ ਹੈ ਕਿਸ ਤਰ੍ਹਾਂ ਦਾ ਹੈਗਾ ਉਹਦੇ ਥੋੜਾ ਬਹੁਤ ਇਤਿਹਾਸ ਦੀ ਗੱਲ ਕਰਾਂਗੇ ਕਿ ਪ੍ਰਵਾਸ ਪੁਰਾਣੇ ਸਮੇਂ ਦੇ ਵਿੱਚ ਕਿਵੇਂ ਜਾਂ ਸੀਗਾ ਤਾਂ ਹੁਣ ਕਿਵੇਂ ਜਾਂ ਹੁੰਦਾਗਾ ਤਾਂ ਉਹ ਹਾਲਾਤਾਂ ਦੀ ਗੱਲ ਕਰਾਂਗੇ ਕਿ ਪ੍ਰਵਾਸ ਦੇ ਕਾਰਨਾਂ ਦੀ ਆਪਾਂ ਅਗਲੀ ਵੀਡੀਓ 'ਚ ਗੱਲ ਕਰਾਂਗੇ ਕਿ ਉਹਦੇ ਕਾਰਨ ਕਿਹੜੇ-ਕਿਹੜੇ ਨੇ ਜੀ ਲੋਕਾਂ ਦੇ ਪ੍ਰਵਾਸ ਕਰਨ ਦੇ ਉਹਦੇ ਤੱਤ ਕਿਹੜੇ ਨੇ ਜੀ ਜਿਹੜੇ ਉਹ ਕਾਰਨਾਂ ਨੂੰ ਮਜਬੂਰ ਕਰਦੇ ਨੇ ਕਿ ਉਹ ਲੋਕ ਪ੍ਰਵਾਸ ਕਰ ਦੇਣ ਇਹ ਆਪਣੀ ਪਹਿਲੀ ਕਲਾਸ ਹੈ ਇਹਦੇ ਵਿੱਚ ਥੋੜੀ ਜੀ ਗੱਲ ਕਰਦੇ ਆਂ ਜੀ ਆਪਾਂ ਕਰਾਂਗੇ मीनिंग ਵਗੈਰਾ ਦੀ ਪ੍ਰਵਾਸ ਸ਼ਾਦੀ ਤੇ ਉਹਦਾ ਜਿਹੜਾ ਸਰੂਪ ਹੈ ਵੀ ਕਿਸ ਤਰ੍ਹਾਂ ਦਾ ਪ੍ਰਵਾਸ ਹੈਗਾ ਉਹਦੀ ਥੋੜੀ ਜੀ ਚਰਚਾ ਰਹੇਗੀ ਗੱਲ ਕਰਦੇ ਆਂ ਜੀ ਪ੍ਰਵਾਸ ਦੇ ਬਾਰੇ ਪ੍ਰਵਾਸ ਦੇ ਜੋ मीनिंग ਹੈ ਸ਼ਬਦ ਹੈ ਉਸ ਦੀ ਥੋੜੀ ਜੀ ਆਪਾਂ ਗੱਲ ਕਰਦੇ ਹਾਂ ਕਿ ਪ੍ਰਵਾਸ ਦੀ ਜਿਹੜੀ ਧਾਰਨਾ ਹੈਗੀ ਹੈ ਉਹ ਕਿੱਥੋਂ ਆਉਂਦੀ ਹੈ ਜੀ ਲਾਤੀਨੀ ਭਾਸ਼ਾ ਦਾ ਸ਼ਬਦ ਹੈ ਜੀ ਪ੍ਰਵਾਸੀ ਠੀਕ ਹੈ ਆਪਾਂ ਪ੍ਰਵਾਸ ਸ਼ਬਦ ਹੈ ਪ੍ਰਵਾਸੀ ਸ਼ਬਦ ਹੈ ਜੀ ਉਹ ਕਿੱਥੋਂ ਲੈ ਗਏ ਨੇ ਕਿਹੜੀ ਭਾਸ਼ਾ ਦੇ ਵਿੱਚੋਂ ਲੈ ਗਏ ਨੇ ਜੀ ਉਹ ਲਾਤੀਨੀ ਭਾਸ਼ਾ ਦੇ ਸ਼ਬਦ ਤੋਂ ਲੈ ਗਏ ਨੇ ਤਾਂ ਜਿਹੜਾ ਆਪਾਂ ਨੂੰ ਸੰਕੇਤ ਕਰਦਾ ਕੰਮ ਇਮੀਗ੍ਰੇਸ਼ਨ ਨ ਮਤਲਬ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਣ ਦਾ ਤਰੀਕਾ ਜਾਂ ਨਤੀਜਾ ਬੋਲ ਸਕਦੇ ਆ ਕਿਸੇ ਵੱਖਰੇ ਸਥਾਨ ਵਿੱਚ ਸੈਟਲ ਹੋਣ ਲਈ ਜਿਹੜੀ ਮੂਲ ਜਾਂ ਨਿਵਾਸ ਥਾਨ ਤੋਂ ਦੂਰ ਚਲੇ ਜਾਣਾ ਇਹ ਇਹਦੇ ਲਈ ਪ੍ਰਵਾਸ ਸ਼ਬਦ ਬੋਲਿਆ ਜਾਂਦਾ ਪ੍ਰਵਾਸ ਕੀ ਹੈ ਜੀ ਆਪਾਂ ਸਧਾਰਨ ਸ਼ਬਦਾਂ ਵਿੱਚ ਕਹੀਏ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਉਹ ਪ੍ਰਵਾਸ ਬੋਲਿਆ ਜਾਂਦਾ ਹੈਗਾ ਇੱਕ ਜੀਵ ਹੈ ਮਨੁੱਖੀ ਜੀਵ ਹੈ ਜੋ ਆਮ ਤੌਰ ਤੇ ਆਪਣੇ ਰਹਿਣ ਦੇ ਹਾਲਾਤਾਂ ਵਿੱਚ ਸੁਧਾਰ ਲਿਆਉਣ ਲਈ ਕੀ ਕਰਦਾਗਾ ਆਪਣੇ ਦੇਸ਼ ਦੇ ਜਿਹੜੇ ਵਿਦੇਸ਼ਾਂ ਦੇ ਵਿੱਚ ਕੀ ਕਰਦਾਗਾ ਉਹ ਜਾ ਕੇ ਵਸਦੇ ਨੇ ਤਾਂ ਇਹੀ ਉਹ ਪ੍ਰਵਾਸ ਬੋਲਿਆ ਜਾਂਦਾ ਜੀ ਕਿ ਕੋਈ ਵੀ ਇਨਸਾਨ ਹੈਗਾ ਆਪਦੇ ਹੱਥ ਆਪਦੇ ਜੋ ਵੀ ਹਾਲਾਤ ਨੇ ਉਸ ਦੇ ਚੱਲ ਰਹੇ ਨੇ ਆਰਥਿਕ ਤੌਰ ਤੇ ਚਾਹੇ ਹੋਰ ਉਹਦੇ ਜਿੰਨੀਆਂ ਵੀ ਜੋ ਹਾਲਾਤਾਂ ਦੀ ਗੱਲ ਕਰ ਰਹੇ ਆ ਆਪਾਂ ਸਾਰੇ ਪੱਖਾਂ ਤੋਂ ਸਮਾਜਿਕ ਪੱਖ ਤੋਂ ਵੀ ਆਪਾਂ ਗੱਲ ਕਰ ਸਕਦੇ ਆ ਉਹਨਾਂ ਵਿੱਚ ਸੁਧਾਰ ਲਿਆਉਣਾ ਚਾਹੁੰਦਾ ਉਹਨੂੰ ਲੱਗਦਾ ਕਿ ਇੱਥੇ ਰਹਿ ਕੇ ਉਹਦਾ ਮਤਲਬ ਜਿੱਥੇ ਰਹਿ ਰਿਹਾ ਉੱਥੇ ਉਹ ਨਹੀਂ ਉਹਨੂੰ ਕੰਪਲੀਟ ਕਰ ਸਕਦਾ ਤਾਂ ਇਸ ਲਈ ਉਹ ਇੱਕ ਥਾਂ ਤੋਂ ਦੂਸਰੀ ਥਾਂ ਜਾਂਦਾ ਤਾਂ ਇਹ ਜਾਣਾ ਹੀ ਪ੍ਰਵਾਸ ਬੋਲਿਆ ਜਾਂਦਾ ਹੈਗਾ ਇਹ ਪ੍ਰਵਾਸ ਕੈਲੋਜੀ ਕੁਝ ਜਾਨਵਰਾਂ ਕੈਲੋਜੀ ਪ੍ਰਜਨਨ ਭੋਵ ਖਾਣ ਪੀਣ ਦੀਆਂ ਜ਼ਰੂਰਤਾਂ ਦੇ ਅਨੁਕੂਲ ਹੋਣ ਲਈ ਹੈ ਕਿ ਇਨਸਾਨ ਨੂੰ ਬਹੁਤ ਸਾਰੀਆਂ ਜ਼ਰੂਰਤਾਂ ਨੇ ਜੀ ਇਨਸਾਨ ਦੀ ਹਰ ਇੱਕ ਇਨਸਾਨ ਦੀਆਂ ਨੇ ਜੀ ਰੋਟੀ ਕਪੜਾ ਮਕਾਨ ਠੀਕ ਹੈ ਜੀ ਉਸ ਤੋਂ ਬਿਨਾ ਜੀ ਉਹਨੂੰ ਇੱਕ ਕੈਲੋਜੀ ਰਹਿਣ ਲਈ ਚੀਜ਼ਾਂ ਵੀ ਚਾਹੀਦੀਆਂ ਨੇ ਕੁਝ ਠੀਕ ਹੈ ਖਾਣ ਪੀਣ ਦੇ ਲਈ ਖਾਣ ਪੀਣ ਦੀਆਂ ਜ਼ਰੂਰਤਾਂ ਵੀ ਚਾਹੀਦੀਆਂ ਭਾਵ ਉਹਦੇ ਬੱਚਿਆਂ ਦੇ ਲਈ ਜਿਹੜੀਆਂ ਸੁਖ-ਸਹੂਲਤਾਂ ਵੀ ਚਾਹੀਦੀਆਂ ਨੇ ਇਹ ਸਾਰੇ ਆਪਾਂ ਗੱਲ ਕਰ ਗਏ ਜੀ ਚੀਜ਼ਾਂ ਨਹੀਂ ਜੋ ਪ੍ਰਵਾਸ ਦੇ ਸ਼ਬਦ ਨੂੰ ਪ੍ਰਵਾਸ਼ਿਤ ਕਰਨ ਦੇ ਵਿੱਚ ਉਹਦਾ मीनिंग ਕਲੀਅਰ ਕਰਨ ਦੇ ਵਿੱਚ ਥੋੜੀ ਜੀ ਆਪਣੀ ਹੈਲਪ ਕਰਦੀਆਂ ਨੇ ਪ੍ਰਵਾਸ ਦੀ ਆਪਾਂ ਗੱਲ ਕਰਦੇ ਹਾਂ ਜੀ ਪ੍ਰਵਾਸ ਵਿਅਕਤੀਆਂ ਦਾ ਸਮੂਹ ਹੈ ਜੋ ਜੀ ਇੱਕ ਸਾਈਡ ਤੋਂ ਮਾਈਗ੍ਰੇਟ ਕਰਦਾ ਪ੍ਰਾਣੇ ਸਮੇਂ ਦੇ ਵਿੱਚ ਜਦੋਂ ਆਪਾਂ ਗੱਲ ਕਰਾਂਗੇ ਇਸ ਦੀ ਪ੍ਰਾਣੇ ਸਮੇਂ ਦੇ ਵਿੱਚ ਜਦੋਂ ਜੰਗਲੀ ਮਨੁੱਖ ਜੰਗਲਾਂਾਂ ਦੇ ਵਿੱਚ ਰਹਿੰਦਾ ਹੁੰਦਾ ਸੀ ਇੱਕ ਥਾਂ ਤੋਂ ਕੀ ਕਰਦਾ ਹੁੰਦਾ ਸੀ ਉਹ ਦੂਸਰੀ ਥਾਂ ਤੇ ਚਲਾ ਜਾਂਦਾ ਸੀਗਾ ਉਹ ਜਿਹੜਾ ਪ੍ਰਵਾਸ ਸੀ ਉਦੋਂ ਤੋਂ ਕਹਿੰਦੇ ਆ ਸੀ ਪ੍ਰਵਾਸ ਸ਼ੁਰੂ ਹੋਇਆ ਹੈਗਾ ਪਾਪ ਜਦੋਂ ਉਹਨੂੰ ਜਗ੍ਹਾ ਇੱਕ ਥਾਂ ਤੋਂ ਮਤਲਬ ਉਹਦਾ ਖਾਣਾ ਪੀਣਾ ਮੁੱਕ ਜਾਂਦਾ ਸੀ ਤਾਂ ਫਿਰ ਉਹ ਉੱਥੋਂ ਚੱਲ ਕੇ ਦੂਜੀ ਜਗ੍ਹਾ ਚਲਾ ਜਾਂਦਾ ਸੀ ਉਹ ਜਿਹੜਾ ਹੈਗਾ ਪ੍ਰਵਾਸ ਕਹਿੰਦੇ ਜੀ ਉਦੋਂ ਤੋਂ ਸ਼ੁਰੂ ਹੋਇਆ ਹੈਗਾ ਪ੍ਰਵਾਸੀ ਕਹ ਲੋ ਜੀ ਜਦੋਂ ਇੱਕ ਦੇਸ਼ ਤੋਂ ਆਪਣੀ ਜਿਹੜੀ ਹੈਗੀ ਆ ਨਵੀਂ ਧਰਤੀ ਤੇ ਪਹੁੰਚਦਾ ਆਪਦਾ ਦੇਸ਼ ਛੱਡ ਕੇ ਇੱਕ ਹੋਰ ਧਰਤੀ ਤੇ ਪਹੁੰਚਦਾ ਤੇ ਉਸ ਨੂੰ ਉਹ ਉਸੇ ਕਰਕੇ ਹੀ ਉਹ ਕੀ ਕਹ ਬਣ ਜਾਂਦਾ ਪ੍ਰਵਾਸੀ ਬਣ ਜਾਂਦਾ ਤੇ ਇਸੇ ਸਾਰੇ ਵਰਤਾਰੇ ਨੂੰ ਕੀ ਕਹਿੰਦੇ ਜੀ ਮਾਈਗ੍ਰੇਸ਼ਨ ਕਹਾਇਆ ਜਾਂਦਾ ਜੀ ਪਹਿਲਾਂ ਆਪਾਂ ਕਹਿੰਦੇ ਸੀ ਪ੍ਰਵਾਸੀ ਜੋ ਆਪਣਾ ਦੇਸ਼ ਛੱਡ ਕੇ ਆਇਆ ਜੀ ਤੇ ਫਿਰ ਉਸ ਤੋਂ ਆਪਾਂ ਗੱਲ ਕਰਦੇ ਹਾਂ ਜੀ ਜੋ ਇੱਕ ਪ੍ਰਵਾਸੀ ਹੈ ਕਿਸੇ ਹੋਰ ਥਾਂ ਤੇ ਸਥਾਪਿਤ ਹੁੰਦਾਗਾ ਉਹ ਹੈ ਠੀਕ ਹੈ ਇੱਕ ਆਵਰਾਂ ਦੇ ਸ਼ਟਕ ਕਿਉਂ ਹੁੰਦਾ ਜੀ ਕਿਸੇ ਹੋਰ ਥਾਂ ਤੇ ਸਥਾਪਿਤ ਹੁੰਦਾਗਾ ਉਸ ਦੀ ਆਪਾਂ ਗੱਲ ਕਰ ਰਹੇ ਹਾਂ ਜੀ ਪ੍ਰਵਾਸੀ ਦੀ ਪ੍ਰਵਾਸ ਕਰਨ ਵਾਲੇ ਦੀ ਪ੍ਰਵਾਸ ਜੋ ਸ਼ਬਦ ਹੈ ਜੀ ਉਹ ਕਿਵੇਂ ਬਣਿਆ ਪ੍ਰਵਾਸੀ ਸ਼ਬਦ ਕਿਵੇਂ ਬਣਿਆ ਉਸ ਦੀ ਥੋੜੀ ਜੀ ਆਪਾਂ ਗੱਲ ਕਰਦੇ ਹਾਂ ਜੀ ਪੰਜਾਬੀ ਦੇ ਵਿੱਚ ਜਿਹੜਾ ਪ੍ਰਵਾਸੀ ਸ਼ਬਦ ਹੈ ਜੀ ਦੋ ਸ਼ਬਦਾਂ ਦਾ ਕਹਿੰਦੇ ਜੋੜ ਤੋਂ ਪ੍ਰਚਲਿਤ ਹੈ ਪ੍ਰਵਾਸੀ ਦੇ ਜੀ ਦੋ ਸ਼ਬਦਾਂ ਦਾ ਜੋੜ ਹੈ ਜੀ ਪ੍ਰਵਾਸ ਤੇ ਜਿਹੜੇ ਪ੍ਰਵਾਸੀ ਦੀ ਆਪਾਂ ਗੱਲ ਕਰ ਰਹੇ ਹਾਂ ਠੀਕ ਹੈ ਜੀ ਦੂਜਾ ਸ਼ਬਦ ਹੈ ਪਰਵਾਸੀ ਕਈ ਵਾਰ ਪ੍ਰਵਾਸ ਪੈਰ ਚਰਾਰਾ ਪਾਇਆ ਹੁੰਦਾ ਕਈ ਵਾਰ ਸਿੱਧੇ ਤਰੀਕੇ ਨਾਲ ਤੇ ਪਰਵਾਸੀ ਤੇ ਜੋ ਆਪਣਾ ਪ੍ਰਸਿੱਧ ਭਾਸ਼ਾ ਵਿਗਿਆਨੀ ਹੈ ਜੀ ਡਾਕਟਰ ਪ੍ਰੇਮ ਪ੍ਰਕਾਸ਼ ਢਾਲੀਵਾਲ ਉਹਨਾਂ ਦੇ ਅਨੁਸਾਰ ਪ੍ਰਵਾਸ ਤੇ ਪ੍ਰਵਾਸ ਇਹਨਾਂ ਦੋਨਾਂ ਦੀ ਗੱਲ ਕਰ ਰਿਹਾ ਜੀ ਡੈਫੀਨੇਸ਼ਨ ਦੇ ਰਿਹਾ ਜੀ ਪ੍ਰਵਾਸ ਤੇ ਦੋਨਾਂ ਦੀ ਠੀਕ ਹੈ ਜੀ ਪ੍ਰਵਾਸ ਤੇ ਪ੍ਰਵਾਸ ਦੋਨਾਂ ਦੇ ਪੱਪੇ ਪੈਰ ਰਾਰੇ ਵਾਲ ਤੇ ਪਪਾ ਰਾਰਾ ਜਿਹੇ ਨਾਲ ਠੀਕ ਹੈ ਜੀ ਪਰ ਤੇ ਦੋਵੇਂ ਕਹਿੰਦੇ ਜੀ ਅਗੇਤਰ ਹੈ ਅਗੇਤਰ ਤੌਰ ਤੇ ਅਲੱਗ ਕਰਤਾ ਦੂਸਰਾ ਉਹ ਕਹਿੰਦੇ ਜੀ ਪਰਦਾ मीनिंग ਜੁਦਾ ਹੋਣਾ ਵਜੋਗ ਹੈ ਜਦੋਂ ਆਪਾਂ ਪਪੇ ਪੈ ਰਾਰੇ ਦੀ ਗੱਲ ਕਰਦੇ ਹਾਂ ਜੀ ਠੀਕ ਹੈ ਇਸ ਦਾ मीनिंग ਕੀ ਹੋ ਗਿਆ ਜੀ ਜੁਦਾ ਹੋਣਾ ਵਜੋਗ ਹੋਣਾ ਠੀਕ ਹੈ ਪਪਾ ਰਾਰਾ ਪਰ ਦੀ ਗੱਲ ਕਰਦੇ ਹਾਂ ਇਹਦਾ ਅਰਥ ਕੀ ਹੋਇਆ ਜੀ ਪਰਾਇਆ ਓਪਰਾ ਬੇਗਾਨਾ ਦੂਜਾ ਇਹ ਸ਼ਬਦ ਇਹਦੇ ਨਿਕਲ ਕੇ ਆਉਂਦੇ ਆ ਇਹ ਕਿਹਦੇ ਅਨੁਸਾਰ ਆਏ ਜੀ ਡਾਕਟਰ ਪ੍ਰੀਮ ਪ੍ਰਕਾਸ਼ ਢਾਲੀਵਾਲ ਦੇ ਅਨੁਸਾਰ ਉਹਨਾਂ ਨੇ ਜੀ ਦੋ ਸ਼ਬਦ ਸੀ ਜਿਹੜੇ ਸ਼ਬਦ ਪੱਪੇ ਪੈ ਰਾਰੇ ਨਾਲ ਹੈ ਜੀ ਤੇ ਇੱਕ ਜਿਹੜਾ ਸਿੱਧਾ ਪ੍ਰਵਾਸ ਪੈਂਦਾਗਾ ਉਸ ਦੀ ਗੱਲ ਕੀਤੀ ਹੋਈ ਹੈ ਦੋਨਾਂ ਦੇ मीनिंग ਦੱਸੇ ਨੇ ਜੀ ਉਹਨਾਂ ਦੇ ਚਲੋ ਜੀ ਅੱਗੇ ਗੱਲ ਕਰਦੇ ਆਂ ਜੀ ਪੰਜਾਬ ਦੇ ਸਮਾਜ ਦੀ ਗੱਲ ਕਰਦੇ ਆਂ ਆਪਾਂ ਤਾਂ ਉਹਦੇ ਵਿੱਚ ਆਪਾਂ ਨੂੰ ਵੇਖਣ ਨੂੰ ਮਿਲਦਾ ਜੀ ਚਲੋ ਜੀ ਪ੍ਰਵਾਸੀ ਜੋ ਨੇ ਪੰਜਾਬੀਆਂ ਨੇ ਇੱਕ ਕਹਿ ਲਈ ਵਿਲੱਖਣ ਜਗ੍ਹਾ ਬਣਾਈ ਹੈ ਥੋੜੀ ਜੀ ਆਪਾਂ ਗੱਲ ਕਰ ਰਹੇ ਆਂ ਅਸੀਂ ਉਹਦੇ ਵਿੱਚੋਂ ਜੀ ਜਦੋਂ ਉਹ ਵੀ ਸਮਾਂ ਸੀ ਜਦੋਂ ਇੱਕ ਖੇਤਰ ਤੋਂ ਭਾਵ ਦੂਜੇ ਖੇਤਰ ਦੇ ਵਿੱਚ ਆਪਾਂ ਜਾਂਦੇ ਸੀ ਏਰੀਆ ਵਿੱਚ ਦਬਾਬੇ ਹੁੰਦੇ ਸੀਗੇ ਜੀ ਵੱਡੀ ਗਿਣਤੀ ਵਿੱਚ ਲੋਕ ਬਾਹਰਲੇ ਦੇਸ਼ਾਂ ਦੇ ਵਿੱਚ ਚਲੇ ਜਾਂਦੇ ਖਾਸ ਕਰਕੇ ਪੱਛਮੀ ਦੇਸ਼ਾਂ ਦੇ ਵਿੱਚ ਪੱਛਮੀ ਦੇਸ਼ ਕਿਹੜੇ ਹੈ ਜੀ ਪੱਛਮੀ ਦੇਸ਼ ਕਿਹੜੇ ਨੇ ਜੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਿਓ ਇਹਨੂੰ ਹੀ ਪ੍ਰਵਾਸ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ ਠੀਕ ਹੈ ਤਕਰੀਬਨ ਹਰ ਖੇਤਰ ਦੇ ਵਿੱਚ ਕਹਿ ਲਓ ਜੀ ਗੱਲ ਕਰੀਏ ਆਪਾਂ ਪੰਜਾਬ ਦੇ ਜਿਹੜੇ ਨੌਜਵਾਨ ਨੇ ਬਾਹਰਲੇ ਦੇਸ਼ਾਂ ਵੱਲ ਜਾਣ ਜਾਣਦੇ ਹੋ ਕਿ ਇੱਛਾ ਰੱਖਦੇ ਆ ਚਾਹ ਬਣਨੇ ਇੱਕ ਸਮੇਂ ਦੇ ਵਿੱਚ ਪੰਜਾਬ ਦਾ ਲੋਕ ਸਭਿਆਚਾਰ ਖੇਤੀ ਤੋਂ ਉੱਪਰ ਕੋਈ ਕਿੱਤਾ ਕਹਿੰਦੇ ਸੀ ਸਾਰਿਆਂ ਤੋਂ ਖੇਤੀ ਨੂੰ ਸਭ ਤੋਂ ਉੱਤਮ ਸਮਝਿਆ ਜਾਂਦਾ ਸੀਗਾ ਜੀ ਉਹਦੀ ਆਪਾਂ ਇੱਕ ਐਗਜ਼ਾਮਪਲ ਦੇਖ ਸਕਦੇ ਹਾਂ ਜੀ ਜੋ ਪੁਰਾਣੇ ਸਮੇਂ ਦੇ ਵਿੱਚ ਬੋਲੀ ਜਾਂਦੀ ਸੀ ਜੀ ਉੱਤਮ ਖੇਤੀ ਮੱਧਮ ਬੁਬਾਰ ਨੀਚ ਚੱਕਰੀ ਇਹ ਕਹਾਵਤ ਬਹੁਤ ਮਸ਼ਹੂਰ ਰਹੀ ਹੈ ਜੀ ਸਾਰਿਆਂ ਨੂੰ ਪਤਾ ਆ ਖਾਣਾ ਦੇ ਤੌਰ ਤੇ ਆਪਾਂ ਵਰਤਦੇ ਰਹੇ ਹਾਂ ਕਿ ਖੇਤੀ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਮੇਨ ਉਤਮ ਤੇ ਸਭ ਤੋਂ ਵਧੀਆ ਕੀਤਾ ਮੰਨਿਆ ਜਾਂਦਾ ਸੀਗਾ ਫਿਰ ਉਸ ਤੋਂ ਬਾਅਦ ਵਿਵਾਰ ਨੂੰ ਲੈ ਕੇ ਜਾਂਦੇ ਸੀਗੇ ਜੀ ਫਿਰ ਚਾੱਕਰੀ ਭਾਵ ਨੌਕਰੀ ਨੂੰ ਉਹ ਮੰਨਦੇ ਸੀਗੇ ਠੀਕ ਹੈ ਜੀ ਸਮੇਂ ਦੇ ਨਾਲ ਉਹ ਚੀਜ਼ਾਂ ਦੇ ਵਿੱਚ ਪਰਿਵਰਤਨ ਆਇਆ ਪਰ ਨਾਲ ਦੇ ਨਾਲ ਹੀ ਪੰਜਾਬ ਦੇ ਸੱਭਿਆਚਾਰ ਵਿੱਚ ਕਲੋਜੀ ਕਮਾਈ ਕਰਕੇ ਤੇ ਆਪਣੇ ਘਰ ਵਾਪਸ ਪਰਤਣ ਦੀ ਪ੍ਰਕਿਰਿਆ ਵੀ ਆਪਾਂ ਨੂੰ ਲੋਕੀਤਾਂ ਵਿੱਚ ਵੇਖਣ ਨੂੰ ਮਿਲਦੀ ਆ ਕਿ ਆਪਾਂ ਗੱਲ ਕਰਦੇ ਹਾਂ ਪੁਰਾਣੇ ਸਮੇਂ ਦੇ ਵਿੱਚ ਲੋਕ ਬਾਹਰ ਜਾਂਦੇ ਸੀ ਬਾਹਰੋਂ ਪੈਸਾ ਕਮਾ ਕੇ ਫਿਰ ਪੰਜਾਬ ਆਪਦੇ ਘਰ ਆ ਜਾਂਦੇ ਆ ਤੁਸੀਂ ਵੀ ਦੇਖਦੇ ਹੋ ਆਪਣੇ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਲੋਕ ਬਾਹਰਲੇ ਦੇਸ਼ਾਂ 'ਚ ਗਏ ਨੇ ਜੀ ਉੱਥੋਂ ਪੈਸਾ ਭੇਜਦੇ ਰਹਿੰਦੇ ਨੇ ਆਪ ਵੀ ਆਉਂਦੇ ਜੀ ਮੁੜ ਕੇ ਤੇ ਉਹਨਾਂ ਦੀ ਇੱਛਾ ਹੁੰਦੀ ਹੈ ਕਿ ਆਪਣੇ ਦੇਸ਼ ਦੇ ਵਿੱਚ ਹੀ ਜਿਉਣਾ ਮਰਨਾ ਗਾ ਬਸ ਇੱਕ ਪੈਸਾ ਕਮਾਉਣ ਦੀ ਖਾਤਰ ਜਾਂਦੇ ਨੇ ਜਿਵੇਂ ਜੀ ਗਾਇਆ ਜਾਂਦਾ ਸੀਗੇ ਬਾਰੀ-ਵਾਰਸੀ ਘਟਣ ਗਿਆ ਸੀ ਖੱਟ ਕੇ ਕੀ ਲਿਆਉਂਦਾ ਜਦੋਂ ਖੱਟਣ ਦੀ ਗੱਲ ਕਰਦੇ ਹਾਂ ਜੀ ਆਪਾਂ ਇਹ ਖੱਟਣ ਵਾਲਾ ਸ਼ਬਦ ਹੈ ਜੀ ਖੱਟਣ ਗਏ ਪ੍ਰਵਾਸ ਪ੍ਰਕਿਰਿਆ ਨਾਲ ਜੁੜਿਆ ਜਾਂਦਾ ਹੈ ਕਿ ਕਿਉਂਕਿ ਚੀਜ਼ ਆਪਾਂ ਖੱਟ ਕੇ ਲੈ ਕੇ ਆਉਨੇ ਆ ਕਮਾਈ ਕਰਕੇ ਲੈ ਕੇ ਆਉਨੇ ਆ ਤਾਂ ਉਸ ਅਰਥਾਂ ਦੇ ਵਿੱਚ ਇਹਨੂੰ ਜੋੜਿਆ ਜਾਂਦਾ ਹੈ ਕੋਈ ਵੀ ਕਹਿੰਦੇ ਅਜਿਹਾ ਵਕਤ ਸੀਗਾ ਜਦੋਂ ਆਪਾਂ ਵਕਤਾਂ ਦੀ ਗੱਲ ਕਰਦੇ ਆ ਪੁਰਾਣੇ ਸਮੇਂ ਦੀ ਗੱਲ ਕਰਦੇ ਆ ਜਦੋਂ ਪਿੰਡ ਤੇ ਬਾਹਰ ਜਾਣਾ ਵੀ ਅਜਿਹਾ ਲੱਗਦਾ ਸੀ ਕਿ ਇੱਕ ਬੰਦਾ ਦੂਸਰੇ ਦੇਸ਼ ਦੇ ਵਿੱਚ ਚਲਾ ਗਿਆ ਹੋਵੇ ਕਿ ਲੋਕਾਂ ਦਾ ਇੰਨਾ ਪਹਿਲਾਂ ਆਸਾ ਚਾਰ ਹੁੰਦਾ ਸੀ ਕਿ ਉਹ ਆਲ ਦੇ ਪਿੰਡ-ਪਿੰਡ ਦੇ ਵਿੱਚ ਹੀ ਰਹਿੰਦੇ ਸੀ ਆਪਦੀਆਂ ਲੋੜਾਂ ਆਪਦੀਆਂ ਉੱਥੇ ਹੀ ਪੂਰੀਆਂ ਕਰਦੇ ਸੀ ਪਰ ਸਮਾਂ ਬਦਲਿਆ ਚੀਜ਼ਾਂ ਬਦਲੀਆਂ ਨੇ ਤੇ ਹਾਲਾਤ ਬਦਲੇ ਨੇ ਉਹ ਸਾਰਾ ਆਪਾਂ ਨੂੰ ਵੇਖਣ ਨੂੰ ਮਿਲਦਾਗਾ ਇਹਨਾਂ ਸਿਚਾਂ ਦੇ ਵਿੱਚ ਆਪਣਾ ਦੇਸ਼ ਛੱਡ ਕੇ ਦੂਸਰੇ ਦੇਸ਼ ਵਸ ਜਾਣਾ ਠੀਕ ਹੈ ਜੀ ਤੇ ਕੀ ਹੈ ਪ੍ਰਵਾਸ ਕਿਹਾ ਜਾਂਦਾ ਪਾਵ ਹਿਜਰਤ ਕਿਹਾ ਜਾਂਦਾਗਾ ਇਹ ਪੰਜਾਬੀ ਯੂਨੀਵਰਸਿਟੀ ਜੋ ਪਟਿਆਲਾ ਦੇ ਅਨੁਸਾਰ ਆਪਾਂ ਗੱਲ ਕਰ ਰਹੇ ਹਾਂ ਜੀ ਉਹ मीनिंग ਦੱਸ ਰਹੇ ਨੇ ਜੀ ਆਪਣਾ ਦੇਸ਼ ਛੱਡ ਕੇ ਦੂਸਰੇ ਦੇਸ਼ ਦੇ ਵਿੱਚ ਵਸ ਜਾਣਾ ਭਾਵ ਹਿਜਰਤ ਕਿਹਾ ਜਾਂਦਾ ਹੈਗਾ ਉਹਦੀ ਗੱਲ ਕਰਦੇ ਆਂ ਜੀ ਪ੍ਰਵਾਸੀ ਪੰਜਾਬੀ ਸਾਇਤ ਦੇ ਬਾਰੇ ਪ੍ਰਵਾਸੀ ਸ਼ਬਦ ਜੀ ਪਰ ਤੇ ਵਾਸੀ ਦੋ ਸ਼ਬਦਾਂ ਦੇ ਸਮੇਲ ਤੋਂ ਕਹਿੰਦੇ ਮੰਨਿਆ ਜੀ ਯੂਨੀਵਰਸਿਟੀ ਦੇ ਅਨੁਸਾਰ ਜਿਹੜਾ ਪਰਦਾ ਅਰਥ ਦੂਸਰਾ ਵਾਸੀ ਦਾ ਪਰਾਇਆ ਸ਼ਬਦ ਜਿਹੜੇ ਨੇ ਇਹ ਇਹਦੀ ਕੈਲੋਜੀ ਮੀਨਿੰਗ ਨਿਕਲਦੇ ਨੇ ਵਾਸੀ ਕਿਸੇ ਥਾਂ ਦੇ ਜੋ ਵਸਨੀਕ ਹੁੰਦੇ ਨੇ ਜੀ ਉਹਨਾਂ ਨੂੰ ਕਿਹਾ ਜਾਂਦਾਗਾ ਆਪਾਂ ਆਮੀ ਸ਼ਬਦ ਵਰਤਦੇ ਆਂ ਜੀ ਇਸ ਤਰ੍ਹਾਂ ਸਪਸ਼ਟ ਹੁੰਦਾ ਜੀ ਪ੍ਰਵਾਸੀ ਕਿਸੇ ਥਾਂ ਤੇ ਜਾ ਕੇ ਵਸਣ ਵਾਲੇ ਵਿਅਕਤੀ ਨੂੰ ਕਿਹਾ ਜਾਂਦਾ ਹੈ ਯੂਨੀਵਰਸਿਟੀ ਦੇ ਅਨੁਸਾਰ ਆਪਾਂ ਗੱਲ ਕਰ ਰਹੇ ਆਂ ਜੀ ਉਹ ਜੋ ਵਿਅਕਤੀ ਜੋ ਆਪਣਾ ਵਤਨ ਤਿਆਗ ਕੇ ਜੀ ਅਣਮਿੱਥੇ ਸਮੇਂ ਲਈ ਵਿਦੇਸ਼ ਚਲਾ ਜਾਂਦਾ ਤੇ ਇਹਨਾਂ ਦੋ ਜੁਤੀਆਂ ਵਿੱਚ ਰਹਿੰਦਾ ਕਿ ਵਿਦੇਸ਼ ਆ ਕੇ ਜੀ ਪੱਕੇ ਤੌਰ ਤੇ ਵਸ ਜਾਵੇ ਤੇ ਉਹਦੀ ਇੱਛਾ ਹੁੰਦੀ ਹੈ ਕਿ ਵੀ ਉੱਥੇ ਪੱਕੇ ਤੌਰ ਤੇ ਵਸ ਜਾਵੇ ਵਾਪਸ ਚਲਾ ਜਾਵੇ ਤੇ ਫਿਰ ਆਪਣੀ ਦੇਸ਼ ਦੇ ਵਿੱਚ ਆਉਣਾ ਜਾਣਾ ਕਹਿੰਦੇ ਉਹਦਾ ਬਣਿਆ ਰਹਿੰਦਾਗਾ ਜਿਵੇਂ ਆਪਾਂ ਬਾਹਰਲੇ ਦੇਸ਼ਾਂ ਦੀ ਅੱਜ ਕੱਲ੍ਹ ਗੱਲ ਕਰਦੇ ਆਂ ਕਿ ਕਦੇ ਜਿਹੜੇ ਆਪਣੀ ਇੱਥੋਂ ਗਏ ਨੇ ਜੀ ਜੋ ਬਾਹਰਲੇ ਦੇਸ਼ਾਂ ਦੇ ਵਿੱਚ ਉਹ ਤੁਸੀਂ ਦੇਖੋ ਜੀ ਕੁਝ ਸਮਾਂ ਦੇਣੀ ਜੀ ਫਿਰ ਚਲੇ ਜਾਂਦੇ ਨੇ ਆ ਜਾਂਦੇ ਨੇ ਚਲੇ ਜਾਂਦੇ ਨੇ ਇਹ ਪ੍ਰਕਿਰਿਆ ਉਹਨਾਂ ਦੀ ਬਣੀ ਰਹਿੰਦੀ ਆ ਤੇ ਉਹਨਾਂ ਨੂੰ ਪ੍ਰਵਾਸੀ ਤੇ ਜਿਹਨਾਂ ਆਪਾਂ ਐਨ ਆਰ ਆਈ ਬੋਲਦੇ ਆਂ ਜੀ ਠੀਕ ਐ ਜੀ ਠੀਕ ਐ ਨੌਨ ਇੰਡੀਅਨ ਰੈਜ਼ੀਡੈਂਸ ਠੀਕ ਹੈ ਜੀ ਇਹ ਸ਼ਬਦ ASCII ਨ ਆਰ ਆਈ ਸ਼ਬਦ ਪ੍ਰਵਾਸੀਆਂ ਲਈ ਵਰਤਿਆ ਜਾਂਦਾ ਜੀ ਉਹਨਾਂ ਦੇ ਲਈ ਜੋ ਇੱਥੋਂ ਦੇ ਰਹਿਣ ਵਾਲੇ ਨਹੀਂ ਰਹਿੰਦੇ ਫਿਰ ਕਈ ਦੇਸ਼ਾਂ ਦੇ ਵਿੱਚ ਦੂਰੀ ਨਾਗਰਿਕਤਾ ਆਪਣੇ ਦੇ ਵਿੱਚ ਅਕੈਰੀ ਹੈ ਜੀ ਉਸ ਦੀ ਆਪਾਂ ਗੱਲ ਕਰਦੇ ਹਾਂ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਪ੍ਰਵਾਸੀਆਂ ਦੀ ਪ੍ਰਵਾਸੀ ਦੇ ਜੋ ਸ਼ਬਦਾਂ ਨੂੰ ਪ੍ਰਵਾਸ ਅੰਦਰੂਨੀ ਵੀ ਹੋ ਸਕਦਾ ਤੇ ਬਾਹਰੀ ਵੀ ਹੋ ਸਕਦਾ ਮਾਈਗ੍ਰੇਸ਼ਨ ਜਿਹਨੂੰ ਕਰ ਸਕਦੇ ਹਾਂ ਜੀ ਇੱਕ ਆਪਣੇ ਦੇਸ਼ ਤੋਂ ਦੇਸ਼ ਵਿੱਚ ਵੀ ਹੋ ਸਕਦੀ ਹੈ ਇੱਕ ਸਟੇਟ ਤੋਂ ਸਟੇਟ ਵਿੱਚ ਹੋ ਸਕਦੀ ਹੈ ਜਿਲ੍ਹੇ ਤੋਂ ਜ਼ਿਲ੍ਹੇ ਹੋ ਸਕਦੀ ਹੈ ਠੀਕ ਹੈ ਜੀ ਇੱਕ ਮੁਲਕ ਦੇ ਕੁਝ ਲੋਕਾਂ ਦਾ ਕਿਸੇ ਦੂਸਰੇ ਮੁਲਕ ਵਿੱਚ ਜਾ ਕੇ ਵਸਣਾ ਠੀਕ ਹੈ ਜੀ ਪ੍ਰਵਾਸ ਹੈ ਪੂਰਬੀ ਪੰਜਾਬ ਦੇ ਵੱਲੋਂ ਜੀ ਲੋਕ 20ਵੀਂ ਸਦੀ ਦੇ ਆਰੰਭ ਵਿੱਚ ਪੱਛਮੀ ਪੰਜਾਬ ਵਿੱਚ ਆ ਕੇ ਬਸੇ ਸੀ ਜਦੋਂ ਆਪਣੇ ਦੇਸ਼ ਦੀ ਵੰਡ ਹੁੰਦੀ ਹੈ ਜੀ ਕਿਹਦੀ 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 ਹੁੰਦੀ ਹੈ ਜੀ ਭਾਰਤ ਤੇ ਪਾਕਿਸਤਾਨ ਦੀ ਜੋ ਵੰਡ ਹੋਈ ਹੈ ਜੀ ਉਸ ਸਮੇਂ ਜਿਹੜਾ ਪੂਰਬੀ ਪੰਜਾਬ ਤੇ ਪਛਮੀ ਪੰਜਾਬ ਦੇ ਵਿੱਚ ਪੰਜਾਬ ਨੂੰ ਵੰਡਿਆ ਗਿਆ ਸੀ ਉੱਥੇ ਆ ਕੇ ਲੋਕ ਬਸੇ ਨੇ ਜੀ ਉਹਦੀ ਇਹ ਉਦਾਹਰਨ ਹੈਗੀ ਆ ਉਦੋਂ ਇਹਨਾਂ ਦੀ ਤਬਦੀਲੀ ਆਈ ਸੀ ਧਰਮ ਦੇ ਆਧਾਰ ਤੇ ਜੋ ਵੰਡਾਈ ਹੋਈ ਸੀ ਤਾਂ ਸਿੱਖ ਕੀ ਆ ਗਏ ਸੀ ਆਪਣੇ ਅਦਰ ਪੰਜਾਬਤ ਦੇ ਵਿੱਚ ਆ ਗਏ ਸੀ ਲੋਕਾਂ ਦੀ ਇੱਕ ਜਿਹੜੀ ਸਮਾਜਿਕ ਪ੍ਰਣਾਲੀ ਹੈਗੀ ਆ ਜੀ ਉਸ ਦੇ ਅੰਦਰ ਵੱਖ-ਵੱਖ ਸਮਾਜਿਕ ਪ੍ਰਣਾਲੀਆਂ ਦਾ ਆ ਜਾਣਾ ਜੀ ਲੋਕਾਂ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਤੇ ਵਸਣਾ ਜੀ ਇਹ ਪ੍ਰਵਾਸ ਕਿਹਾ ਜਾਂਦਾ ਜੀ ਵਸੋਂ ਦੀ ਜਹੀ ਗਤੀ ਜਿਸ ਦੇ ਵਿੱਚ ਆਪਾਂ ਖੇਲਰ ਜਾਂਦੀ ਹੈ ਗਤੀ ਭਾਵ ਇਹ ਗਤੀ ਸੋਚੀ ਸਮਝੀ ਹੁੰਦੀ ਹੈ ਤੇਜ ਯੋਜਨਾਵੰਦ ਹੁੰਦੀ ਹੈ ਬਈ ਕਹਿਣ ਦਾ ਮਤਲਬ ਇਹ ਹੈ ਕਿ ਆਪਾਂ ਕਿਸੇ ਥਾਂ ਤੇ ਜਾਣਾ ਠੀਕ ਹੈ ਜੀ ਕਿਸੇ ਦੇਸ਼ ਜਾਣਾ ਆਪਣੀ ਸੋਚ ਹੈ ਸਮਝ ਹੈ ਆਪਣੀ ਇੱਛਾ ਹੈਗੀ ਹੈ ਠੀਕ ਹੈ ਇੱਕ ਯੋਜਨਾ ਹੁੰਦੀ ਹੈ ਵੀ ਮੈਂ ਕਿੰਨੇ ਸਾਲਾਂ ਲਈ ਜਾ ਰਿਹਾ ਠੀਕ ਹੈ ਇੱਕ ਗਤੀ ਹੈ ਕਿ ਮੈਂ ਕਿੰਨੇ ਕੁ ਟਾਈਮ ਦੇ ਵਿੱਚ ਜਾ ਸਕਦਾ ਠੀਕ ਹੈ ਉਹਦਾ ਲੈ ਇੱਕ ਪ੍ਰੋਸੈਸ ਹੈ ਇੱਕ ਕਾਨੂੰਨੀ ਜੋ ਕੈਲੋਜੀ ਪਾਲਣਾ ਕੁਝ ਕਰਨੀਆਂ ਪੈਂਦੀਆਂ ਨੇ ਬੰਧਸਾ ਨਹੀਂ ਉਹਨਾਂ ਦੀ ਪਾਲਣਾ ਕਰਨੀ ਪੈਂਦੀ ਆ ਇਹ ਥੋੜਾ ਜਿਹਾ ਉਹਦੇ मीनिंग ਸੀਗੇ ਪ੍ਰਵਾਸ ਦੇ ਤੇ ਆਪਾਂ ਹੁਣ ਗੱਲ ਕਰਦੇ ਆ ਜੀ ਪ੍ਰਵਾਸਾ ਦੇ ਬਾਰੇ ਇਹਨੇ ਕਿਹਦੇ मीनिंग ਸੀਗੇ ਜੀ ਪ੍ਰਵਾਸ ਦੇ ਠੀਕ ਹੈ ਤੇ ਹੁਣ ਆਪਾਂ ਕੁਝ ਪਰਿਭਾਸ਼ਾਵਾਂ ਦੀ ਗੱਲ ਕਰਾਂਗੇ ਜਿਸ ਦੇ ਆਧਾਰ ਤੇ ਆਪਾਂ ਪ੍ਰਵਾਸ ਦੇ मीनिंग ਨੂੰ ਥੋੜਾ ਜਿਹਾ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਪ੍ਰਵਾਸ ਦਾ ਮੀਨਿੰਗ ਕੀ ਹੁੰਦਾਗਾ ਉਸ ਤੇ ਆਪਾਂ ਥੋੜੀ ਜੀ ਚਰਚਾ ਕਰਦੇ ਰਹਿਵਾਂਗੇ ਕਿ ਪ੍ਰਵਾਸ ਕੀ ਹੈ ਪ੍ਰਵਾਸ ਦੀ ਪਰਿਭਾਸ਼ਾ ਦੀ ਗੱਲ ਕਰਦੇ ਹੁਣ ਆਪਾਂ ਜੀ ਮੀਨਿੰਗ ਆਪਾਂ ਕਰ ਚੁੱਕੇ ਹਾਂ ਸਾਰਾ ਤੇ ਪਰਿਭਾਸ਼ਾ ਦੀ ਗੱਲ ਕਰਦੇ ਹਾਂ ਕਾਣ ਸਿੰਘ ਨਾਬਾ ਜੀ ਉਹਨਾਂ ਦੇ ਅਨੁਸਾਰ ਕੋਈ ਨਹੀਂ ਜਾਣਦਾ ਜੀ ਕਾਣ ਸਿੰਘ ਨਾਬਾ ਨੂੰ ਉਹਨਾਂ ਨੇ ਪ੍ਰਵਾਸ ਦੇ ਬਾਰੇ ਜੀ ਪਰਿਭਾਸ਼ਾ ਲਿਖੀ ਹੈ ਜੀ ਕਹਿੰਦੇ ਪ੍ਰਵਾਸ ਦਾ ਅਰਥ ਵਿਦੇਸ਼ ਵਿੱਚ ਜਾ ਕੇ ਜੀ ਨਿਵਾਸ ਕਰਨਾਗਾ ਕਾਣ ਸਿੰਘ ਨਾਬਾ ਕੀ ਕਹਿੰਦੇ ਜੀ ਕੋਈ ਵੀ ਵਿਅਕਤੀ ਕਹਿੰਦੇ ਜੀ ਵਿਦੇਸ਼ ਛੁਟ ਗਿਆ ਠੀਕ ਹੈ ਬਾਹਰਲੇ ਦੇਸ਼ ਉੱਤ ਗਿਆ ਠੀਕ ਹੈ ਉੱਥੇ ਜਾ ਕੇ ਉਹ ਰਹਿਣ ਲੱਗ ਜਾਂਦਾ ਠੀਕ ਹੈ ਉਸ ਨੂੰ ਕੀ ਕਹਿੰਦੇ ਆ ਪ੍ਰਵਾਸੀ ਪ੍ਰਵਾਸ ਕਰਨਾ ਕਿਹਾ ਜਾਂਦਾਗਾ ਜੀ ਪ੍ਰਵਾਸੀ ਕਿਹਾ ਜਾਂਦਾ ਪ੍ਰਵਾਸ ਕਰਨਾ ਕਿਹਾ ਜਾਂਦਾ ਪ੍ਰਵਾਸ ਸ਼ਬਦਾਂ ਦਾ ਸਮੇਲ ਦੀ ਆਪਾਂ ਗੱਲ ਕਰਦੇ ਆ ਪਰ ਤੋਂ ਭਾਵ ਪਰਾਇਆ ਵਾਸਤੁ ਭਾਵ ਵਸਣਾ ਮੂਲ ਰੂਪ ਵਿੱਚ ਛੱਡ ਕੇ ਜੀ ਕਿਸੇ ਇੱਕ ਕਿਤੇ ਨੂੰ ਛੱਡ ਕੇ ਇੱਕ ਸਥਾਨ ਨੂੰ ਛੱਡ ਕੇ ਕਿਤੇ ਹੋਰ ਥਾਂ ਜਾ ਕੇ ਵਸਦਾਗਾ ਉਹਨੂੰ ਕੀ ਕਹਿੰਦੇ ਆ ਜੀ ਪ੍ਰਵਾਸ ਕਰਨਾ ਕਿਹਾ ਜਾਂਦਾ ਇਨ ਸਾਈਕਲੋਪੀਡੀਆ ਆਫ ਵਰਟੈਂਡ ਦਾ ਦੇ ਵਿੱਚ ਪ੍ਰਵਾਸ ਦੀ ਜਿਹੜੀ ਪਰਵਾਸ਼ਾ ਦਿੱਤੀ ਹੈ ਉਹ ਪਰਵਾਸ਼ਾ ਕੀ ਹੈ ਜੀ ਉਮਰ ਪਰ ਲਈ ਜਾ ਕੇ ਰਹਿਣ ਵਾਸਤੇ ਦੇਸ਼ ਤੋਂ ਚਲੇ ਜਾਣਾ ਜੀ ਆਪਾਂ ਕਿਤੇ ਚਲੇ ਜਾਣੇ ਆ ਜੀ ਉਮਰ ਪਰ ਦੇ ਲਈ ਚਾਹੇ ਕੁ ਸਮੇਂ ਦੇ ਲਈ ਠੀਕ ਹੈ ਜੀ ਇਹਨਾਂ ਨੇ ਉਮਰ ਪਰ ਦੀ ਗੱਲ ਕੀਤੀ ਹੋਈ ਹੈ ਠੀਕ ਹੈ ਜੀ ਤਾਂ ਆਪਾਂ ਗੱਲ ਕਰਾਂਗੇ ਜੀ ਕੁਝ ਸਮੇਂ ਲਈ ਆਪਾਂ ਜਾਣੇ ਆ ਚਾਹੇ ਉਮਰ ਪਰ ਲਈ ਜਾਣੇ ਆ ਉਹ ਜਿਹੜਾ ਸ਼ਬਦ ਕੀ ਕਿਹਾ ਜਾਏਗਾ ਪ੍ਰਵਾਸ ਕਿਹਾ ਜਾਏਗਾ ਇਹ ਪ੍ਰਵਾਸ ਦੀ ਜੋ ਪ੍ਰਵਾਸਾ ਹੈਗੀ ਆ ਉਸ ਨੂੰ ਥੋੜਾ ਜਿਹਾ ਕਹੇ ਲਈ ਦੱਸ ਦੇ ਆਪਾਂ ਗੱਲ ਕਰ ਰਹੇ ਹਾਂ ਜੀ ਡਾਕਟਰ ਐਸ ਪੀ ਦੇ ਅਨੁਸਾਰ ਉਹਨਾਂ ਦੇ ਅਨੁਸਾਰ ਜੀ ਪ੍ਰਾਇਆਂ ਠੀਕ ਹੈ ਪ੍ਰਾਇਆਂ ਪ੍ਰਾਇਆਂ ਧਰਤੀਆਂ ਉਤੇ ਰੋਜ਼ਗਾਰ ਦੀ ਤਲਾਸ਼ ਦੇ ਲਈ ਆਪਾਂ ਜਾਣੇ ਆ ਵਧੇਰੇ ਤੌਰ ਤੇ ਆਰਥਿਕ ਵਸੀਲਿਆਂ ਨੂੰ ਪ੍ਰਾਪਤ ਕਰਨ ਦੀ ਲਾਲਸਾ ਹੁੰਦੀ ਹੈ ਵਿਚ ਸਥਾਈ ਤੌਰ ਤੇ ਵਿਚਰਨ ਵਾਲੇ ਵਿਅਕਤੀਆਂ ਨੂੰ ਕੀ ਕਹਿੰਦੇ ਆ ਪ੍ਰਵਾਸੀ ਦਾ ਨਾਮ ਦਿੱਤਾ ਜਾਂਦਾ ਹੈਗਾ ਜਿਹੜੇ ਜੀ ਪ੍ਰਾਇਨਾ ਪਾ ਉਪਰਾਏ ਦੇਸ਼ਾਂ ਦੇ ਵਿੱਚ ਜਾਂਦੇ ਜਿੱਥੇ ਆਪਾਂ ਨਹੀਂ ਰਹਿੰਦੇ ਜੀ ਇਥੇ ਪ੍ਰਾਇਏ ਸ਼ਬਦ ਹੈ ਜੀ ਠੀਕ ਹੈ ਜੀ ਪ੍ਰਾਇਆਂ ਧਰਤੀਆਂ ਤਾਂ ਉਹ ਠੀਕ ਕਰ ਲੈਣਾ ਜੀ ਪ੍ਰਾਇਆਂ ਧਰਤੀਆਂ ਤੇ ਜਾਂਦੇ ਨਹੀਂ ਜੀ ਆਰਥਿਕ ਤੌਰ ਤੇ ਜੋ ਆਪਦੇ ਆਪ ਨੂੰ ਮਜ਼ਬੂਤ ਕਰਨਾ ਚਾਹੁੰਦੇ ਨਹੀਂ ਉਸ ਦੀ ਗੱਲ ਕਰ ਰਹੇ ਆ ਜੀ ਉਹਨਾਂ ਦੀ ਲਾਲਸਾ ਹੁੰਦੀ ਹੈ ਕਿ ਸਥਾਈ ਤੌਰ ਤੇ ਉੱਥੇ ਪੱਕੇ ਹੋ ਜੀ ਉਹ ਸਾਰਾ ਕੁਝ ਨੂੰ ਕੀ ਕਿਹਾ ਜਾਂਦਾ ਜੀ ਪ੍ਰਵਾਸੀ ਕਿਹਾ ਜਾਂਦਾ ਤੇ ਡਾਕਟਰ ਜੋਲ ਦੇ ਅਨੁਸਾਰ ਜੀ ਡਾਕਟਰ ਲਖਵਿੰਦਰ ਸਿੰਘ ਜੋਲ ਦੇ ਅਨੁਸਾਰ ਨਵੀਂ ਸੋਚ ਨਵੀਂ ਜ਼ਿੰਦਗੀ ਨਵੀਆਂ ਚੁਣੌਤੀਆਂ ਨਵੀਆਂ ਵਿਗਾਰਾਂ ਕੱਲਗੇ ਜੀ ਉਸ ਦੀਆਂ ਕਹੋ ਜੀ ਪੂਰਵ ਧਾਰਨਾਵਾਂ ਜੋ ਉਸ ਨੂੰ ਪੜਕਾ ਦਿੰਦੀਆਂ ਨੇ ਜੀ ਠੀਕ ਹੈ ਜੀ ਕਿਤੇ ਹੋਰ ਜਗ੍ਹਾ ਜਾਣ ਦੇ ਲਈ ਠੀਕ ਹੈ ਉਹਨੂੰ ਉਹ ਕੀ ਕਹਿੰਦੇ ਆ ਪ੍ਰਵਾਸ ਕਿਹਾ ਜਾਂਦਾਗਾ ਜੀ ਇਹ ਡਾਕਟਰ ਜੋਲ ਦੇ ਅਨੁਸਾਰ ਹੈ ਕਿ ਜੋ ਨਵੀਂ ਸੋਚ ਰੱਖਦਾ ਜੀ ਇੱਕ ਥਾਂ ਤੋਂ ਦੂਸਰੀ ਥਾਂ ਜਾਂਦੀ ਨਹੀਂ ਤਾਂ ਆਪਣੇ ਕੀ ਸੋਚ ਸੀਗੀ ਜੀ ਪੁਰਾਣੇ ਸਮੇਂ ਦੇ ਵਿੱਚ ਸਮੁੰਦਰ ਪਾਰ ਕਰਨਾ ਕਈ ਧਰਮਾਂ ਦੇ ਵਿੱਚ ਵਰਜਿਤ ਸੀ ਕਿ ਆਪਾਂ ਸਮੁੰਦਰ ਪਾਰ ਨਹੀਂ ਕਰਨਾ ਠੀਕ ਹੈ ਨਵੀਂ ਜ਼ਿੰਦਗੀ ਦੀ ਤਲਾਸ਼ ਜੀ ਗੱਲ ਕਰਦੇ ਆ ਜੀ ਨਵੀਆਂ ਚੁਣੌਤੀਆਂ ਨੇ ਜੀ ਉੱਥੇ ਜਾ ਕੇ ਆਪਾਂ ਰ੍ਹਾਂਗੇ ਨਵੀਆਂ ਉਥੋਂ ਦੀਆਂ ਵਗਾਰਾਂ ਨੇ ਜੀ ਉਸ ਦੀ ਗੱਲ ਕਰਦੇ ਆ ਇਹਦੇ ਵਿੱਚ ਸਵਰਨ ਚੰਦਨ ਦੀ ਗੱਲ ਕਰਦੇ ਆ ਜੀ ਸਵਰਨ ਉਹਨਾਂ ਨੇ ਪ੍ਰਵਾਹ ਸੀ ਦੀ ਜਿਹੜੀ ਹੈਗੀ ਆ ਵਾਪਸੀ ਅਨਿਸ਼ਚਿਤ ਹੁੰਦੀ ਹੈ ਉਹਦਾ ਕਹਿ ਸਕਦੇ ਆ ਜੀ ਜਦੋਂ ਕੋਈ ਬਾਹਰਲੇ ਦੇਸ਼ ਜਾਊਗਾ ਜੀ ਉਹ ਦਾ ਉਥੋਂ ਦੇ ਦੇਸ਼ ਦੇ ਕਾਨੂੰਨ ਦੇ ਮੁਤਾਬਕ ਹੈ ਉਹ ਕਦੋਂ ਵਾਪਸ ਆਏਗਾ ਇਸੇ ਕਰਕੇ ਅਨਿਸ਼ਚਿਤ ਸ਼ਬਦ ਵਰਤੇਗਾ ਕਿ ਉਹਦੀ ਵਾਪਸੀ ਕੀ ਹੁੰਦੀ ਹੈ ਅਨਿਸ਼ਚਿਤ ਹੁੰਦੀ ਹੈ ਉਹ ਪ੍ਰਾਪਤੀਆਂ ਕਰਕੇ ਵਾਪਸ ਜਾਣਦਾਜ਼ੀ ਫੈਸਲਾ ਵੀ ਕਰ ਲੈਂਦਾ ਤਾਂ ਨਹੀਂ ਵੀ ਕਰਦਾ ਕਈ ਵਾਰ ਕੀ ਹੁੰਦਾਗਾ ਜੀ ਬਾਹਰਲੇ ਦੇਸ਼ਾਂ ਚ ਜੋ ਗਏ ਨੇ ਜੀ ਉਹ ਕਈ ਵਾਰ ਉੱਥੇ ਹੀ ਰਹਿਣਾ ਪਸੰਦ ਕਰਦੇ ਆ ਸੁੱਖ ਸਹੂਲਤਾਂ ਨੇ ਪਰਵਾਰ ਬੱਚੇ ਜ਼ਮੀਨ ਜਾਇਦਾਦ ਤੋਂ ਬਣਾ ਲੈਂਦੇ ਨੇ ਤਾਂ ਉੱਥੇ ਰਹਿਣਾ ਪਸੰਦ ਕਰ ਲੈਂਦੇ ਆ ਇੱਧਰ ਨੂੰ ਨਹੀਂ ਉਹ ਵੈਕ ਆਂਦੇ ਕਿਸੇ ਵੀ ਦੇਸ਼ ਦੇ ਵਿੱਚੋਂ ਗਏ ਨੇ ਤਾਂ ਕਈ ਯਾਰ ਉਹਨਾਂ ਨੂੰ ਨਹੀਂ ਲੱਗਦਾ ਕਿ ਇੱਥੇ ਆਣਾ ਜਾਂ ਨਹੀਂ ਆਣਾ ਉਹ ਉਹਨਾਂ ਦਾ ਆਪ ਦਾ ਫੈਸਲਾ ਹੁੰਦਾ ਜੀ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਨਰਿੰਦਰ ਸਿੰਘ ਨੂਰ ਦੀ ਉਹਨਾਂ ਨੇ ਪ੍ਰਵਾਸੀ ਉਹ ਲੋਕ ਹੁੰਦੇ ਆ ਜਿਹੜੇ ਆਪਣਾ ਦੇਸ਼ ਛੱਡ ਕੇ ਜੀ ਬਗਾਨੇ ਦੇਸ਼ ਵਿੱਚ ਅਣਮਿਥੇ ਸਮੇ ਲਈ ਚਲੇ ਜਾਂਦੇ ਨੇ ਪਰ ਉਹ ਆਪਣੇ ਮੁਲਕਾਂ ਦੇ ਵਿੱਚ ਆਵਾਦ ਹੋ ਜਾਣ ਦਾ ਫੈਸਲਾ ਕਰਨ ਦੇ ਦਾਵੇ ਨਹੀਂ ਕਰਦੇ ਜੀ ਦਾਵੇਦਾਰ ਨਹੀਂ ਹੁੰਦੇ ਠੀਕ ਹੈ ਜੀ ਜਿਹੜੇ ਆਪਣੇ ਦੇਸ਼ ਛੋਟ ਗਏ ਜੀ ਉਹਨਾਂ ਦੀ ਇੱਥੋਂ ਵੋਟ ਕੱਟੀ ਗਈ ਇੱਥੇ ਭਾਵ ਜੋ ਉਹਨਾਂ ਦੇ ਹੱਕ ਨਹੀਂ ਠੀਕ ਹੈ ਜੀ ਜੋ ਕਾਨੂੰਨੀ ਤੌਰ ਤੇ ਜੀ ਬਾਕੀ ਦੇ ਇੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਹੈਗੇ ਨਹੀਂ ਜੀ ਉਹ ਹੱਕ ਖੋ ਬੈਠਦੇ ਨੇ ਤੇ ਜਿੱਥੇ ਗਏ ਨੇ ਜਿਹੜੇ ਦੇਸ਼ ਠੀਕ ਹੈ ਜੀ ਉਥੋਂ ਦੇ ਵਸਨੀਕ ਬਣ ਗਏ ਆ ਤੇ ਉੱਥੇ ਕੀ ਉਹ ਉਥੋਂ ਦੇ ਹੱਕਾਂ ਦੇ ਭਾਵ ਦਾਵੇਦਾਰੀ ਪੇਸ਼ ਕਰਦੇ ਆ ਭਾਵ ਗ੍ਰੀਨ ਕਾਰਡ ਮਿਲ ਗਿਆ ਜੀ ਉਹਨਾਂ ਨੂੰ ਵਰਕ ਪਰਮਿਟ ਦੀ ਗੱਲ ਕਰਦੇ ਆ ਜੀ ਪੀਆਰ ਦੀ ਆਪਾਂ ਗੱਲ ਕਰਦੇ ਆ ਜੀ ਪੱਕੇ ਤੌਰ ਤੇ ਹੋ ਜਾਂਦੇ ਆ ਉਸ ਦੀ ਗੱਲ ਕੀਤੀ ਆ ਜੀ ਉਹ ਆਪਣੇ ਦੇਸ਼ ਚ ਫਿਰ ਉਹ ਬਹੁਤ ਸਾਰੀਆਂ ਚੀਜ਼ਾਂ ਤੋਂ ਹੱਥ ਤੋਂ ਵੈਲ ਤੇ ਆਪਣੇ ਜਿਹੜੇ ਵੀਜ਼ਾ ਜੀ ਠੀਕ ਹੈ ਜੀ ਉਸ ਤੋਂ ਬਿਨਾ ਕੈਲੋਜੀ ਹੋਰ ਚੀਜ਼ਾਂ ਨੇ ਉਹਨਾਂ ਤੋਂ ਆਪਦੇ ਆਪਦੇ ਹੱਕ ਕੈਲੋਜੀ ਤੋਂ ਬਿਠਦੇ ਨਹੀਂ ਜੀ ਤੇ ਪ੍ਰਵਾਸੀ ਆਵਾਜ਼ ਹੋਣ ਜਾਣਾ ਹੋਣ ਦੀ ਦੁਚਿੱਤੀ ਦਾ ਕਾਰਨ ਕਿੱਤੀ ਹੁੰਦੀ ਹੈ ਜੀ ਉਹਨਾਂ ਦੇ ਮਨ ਦੇ ਵਿੱਚ ਉਹਦਾ ਸਕਾਰ ਹੁੰਦੇ ਰਹਿੰਦੇ ਨੇ ਜੀ ਜੋ ਇੱਥੇ ਗਏ ਨੇ ਜੀ ਤੁਸੀਂ ਸਾਰੇ ਨਹੀਂ ਦੇਖਿਆ ਹੋਣਾ ਜੀ ਉਹਨਾਂ ਦੇ ਮਨ ਦੇ ਵਿੱਚ ਹਮੇਸ਼ਾ ਹੀ ਸ਼ੱਕ ਰਹਿੰਦਾ ਕਿ ਇੱਕ ਹੁੰਦਾ ਕਿ ਉਹਨਾਂ ਨੂੰ ਆਪਦੇ ਦੇਸ਼ ਵਿੱਚ ਆਉਣਾ ਪਰ ਬਹੁਤ ਸਾਰੀਆਂ ਮਜਬੂਰੀਆਂ ਨੇ ਸਰਕਾਰ ਦੀਆਂ ਪਾਬਹੋਰ ਬਹੁਤ ਸਾਰੀਆਂ ਉਹਨਾਂ ਨੂੰ ਕਹੋ ਜੀ ਆਰਥਿਕ ਤੌਰ ਤੇ ਉੱਥੋਂ ਦੇ ਹੋਰ ਨਿਜ਼ਮ ਨਹੀਂ ਜੀ ਜੋ ਸਰਕਾਰ ਦੇ ਜਿੱਥੇ ਗਏ ਨੇ ਉੱਥੋਂ ਦੇ ਨਿਜ਼ਮਾਂ ਦੀ ਪਾਲਣਾ ਕਰਨੀ ਵੀ ਦੇ ਕਈ ਯਾਰ ਉੱਥੋਂ ਪਰਮਿਸ਼ਨ ਨਹੀਂ ਮਿਲਦੀ ਹੋਰ ਬਹੁਤ ਸਾਰੀਆਂ ਨੇ ਜੀ ਫਿਰ ਉਹ ਫੈਸਲਾ ਨਹੀਂ ਕਰ ਪਾਉਂਦੇ ਜੀ ਵੀ ਉਹ ਕਿੱਥੇ ਰਹਿਣ ਤਾਂ ਉਹ ਬਹੁਤ ਸਾਰੀਆਂ ਨੇ ਕਿ ਬੱਚੇ ਉਹਨਾਂ ਦੇ ਉੱਥੇ ਰਹਿਣਾ ਚਾਹੁੰਦੇ ਨੇ ਆਪ ਉਹ ਇੱਥੇ ਰਹਿਣਾ ਦੀ ਲੋਚਾ ਹੈਗੀ ਆਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਨੇ ਕਿ ਜਦੋਂ ਉਹ ਦੋਨਾਂ ਉਹ ਦੁਚਿੱਤੀਆਂ ਵਿੱਚ ਫਸ ਜਾਂਦੇ ਨੇ ਉਹ ਆਪ ਦੇ ਬੱਚਿਆਂ ਨੂੰ ਨਹੀਂ ਸੱਦ ਸਕਦੇ ਤੇ ਇੱਥੇ ਵੀ ਨਹੀਂ ਆ ਸਕਦੇ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਬਣਦੇ ਨੇ ਜੀ ਪ੍ਰਵਾਸ ਦੀ ਗੱਲ ਕਰਦੇ ਹਾਂ ਜੀ ਇੱਕ ਬਹੁਤ ਹੀ ਮਹੱਤਵਪੂਰਨ ਪ੍ਰਕਿਰਿਆ ਪ੍ਰਵਾਸ ਕਿਸੇ ਵਿਅਕਤੀ ਜਾਂ ਵਿਅਕਤੀ ਸਮੂਹ ਦੇ ਭੂਗੋਲਿਕ ਸਮਾਜਿਕ ਰਾਜਨੀਤਿਕ ਆਰਥਿਕ ਸੱਭਿਆਚਾਰਕ ਪ੍ਰਸਥਤੀਆਂ ਨੂੰ ਇੱਕ ਦੂਸਰੇ ਭੂਗੋਲਿਕ ਖੇਤੇ ਵਿੱਚ ਜਾਣ ਤੇ ਵਸਣ ਦੀ ਪ੍ਰਕਿਰਿਆ ਹੈ ਜੀ ਮਨੁੱਖ ਆਪਣਾ ਘਰ ਕੀ ਕਰਦਾ ਜੀ ਠੀਕ ਹੈ ਜੀ ਆਪਣਾ ਘਰ ਦੇਸ਼ ਤੇ ਜਨਮ ਭੂਮੀ ਨੂੰ ਛੱਡ ਕੇ ਜੀ ਕਿਸੇ ਦੂਸਰੇ ਸ਼ਹਿਰ ਵਿੱਚ ਵਸ ਜਾਂਦਾ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ ਜੀ ਪ੍ਰਵਾਸੀ ਪ੍ਰਵਾਸ ਉਹਦਾ ਜਾਣਾ ਕੀ ਕਿਹਾ ਜਾਂਦਾ ਹੈ ਜੀ ਪ੍ਰਵਾਸਕ ਹੋਂਦਾਗਾ ਪ੍ਰਵਾਸੀ ਕਹेलो ਜੀ ਆਵਾਸੀ ਤੇ ਕਹਲਾ ਜੀ ਆਵਾਦਕਾਰ ਸ਼ਬਦ ਉਹਨਾਂ ਲੋਕਾਂ ਦੇ ਲਈ ਪ੍ਰਚਲਿਤ ਹਨ ਜੇ ਜੋ ਆਪਣਾ ਦੇਸ਼ ਛੱਡ ਜਾਂਦੇ ਆ ਜੀ ਪ੍ਰਵਾਸੀ ਅਣਮਿੱਥੇ ਸਮੇਂ ਲਈ ਕਿਸੇ ਦੂਸਰੇ ਥਾਂ ਤੇ ਜਾ ਕੇ ਵਸਦੇ ਨੇ ਅਜਿਹਾ ਵੀ ਹੋ ਸਕਦਾ ਜੀ ਉਹ ਕੁਝ ਸਮੇਂ ਬਾਅਦ ਵਾਪਸ ਵੀ ਆਪਣੀ ਧਰਤੀ ਤੇ ਆਜ਼ਣ ਪਰ ਉਹ ਆਪਣੀਆਂ ਕਹੋ ਜੀ ਜੜਾਂ ਦੇ ਨਾਲ ਜੁੜਿਆ ਰਹਿੰਦਾ ਜੀ ਉਹ ਆਪਣੇ ਘਰ ਤੇ ਦੇਸ਼ ਵਿੱਚ ਮੁੜ ਆਉਣ ਦੀ ਯਾਦ ਉਹਨਾਂ ਨੂੰ ਹਮੇਸ਼ਾ ਹੀ ਰਹਿੰਦੀ ਹੈ ਸਤਾਉਂਦੀ ਰਹਿੰਦੀ ਹੈ ਇਸੇ ਸੰਕਲਪ ਦੇ ਨਾਲ ਸੰਬੰਧਿਤ ਜੀ ਆਵਾਸ ਦਾ ਸੰਕਲਪ ਹੈ ਵਾਸੀ ਹੁੰਦੇ ਨੇ ਜੋ ਸੀਮਤ ਸਮੇ ਲਈ ਆਪਣਾ ਦੇਸ਼ ਛੱਡ ਕੇ ਜਾਂਦੇ ਨੇ ਤੇ ਮਿੱਥੇ ਸਮਾਂ ਬੀਤਣ ਤੋਂ ਬਾਅਦ ਜੀ ਦੇਸ਼ ਵਾਪਸ ਆ ਜਾਂਦੇ ਨੇ ਤੇ ਆਵਾਦਕਾਰ ਉਹਨਾਂ ਲਈ ਸ਼ਬਦ ਵਰਤਿਆ ਜਾਂਦਾ ਜੀ ਠੀਕ ਹੈ ਜੀ ਭਾਵੇਂ ਕੁਝ ਸਮੇ ਲਈ ਉਹ ਕਿਸੇ ਆਪਾਂ ਗੱਲ ਕਰਦੇ ਹਾਂ ਕਿ ਯਾਰ ਕੋਈ ਵਰਕ ਐਪਾਰਟਮੈਂਟ ਲਈ ਭਾਵੇਂ ਕਿਸੇ ਰੋਜੀ ਰੋਟੀ ਲਈ ਸਿੰਗਾਪੁਰ ਚਾ ਹੋਰ ਦੇਸ਼ ਦੇ ਵਿੱਚ ਗਿਆ ਕੁਝ ਸਮਾਂ 1 ਸਾਲ ਦਾ ਵੀ ਜਾ ਰਿਹਾ 1 ਸਾਲ ਗਿਆ 1 ਸਾਲ ਬਾਅਦ ਵਾਪਸ ਆ ਜਾਈ ਕੋਈ ਕੈਨੇਡਾ ਗਿਆ ਜੀ ਕਿੰਨੇ ਸਾਲ ਲਈ ਗਿਆ ਉਹ ਦੂਸਤ ਬਾਅਦ ਵਾਪਸ ਆ ਜਾਂਦ ਨੇ ਜੀ ਜਿਵੇਂ ਕੋਈ ਸਟੱਡੀ ਵੇਸ ਤੇ ਜਾ ਰਹੇ ਨੇ ਜੀ ਉਹ ਉਹਨਾਂ ਦਾ ਬੈਕ ਆਉਣਾ ਲਾਜ਼ਮੀ ਹੈ ਕਿ ਉਹ ਕਈ ਵਾਰ ਉਹਨਾਂ ਦੀ ਇੱਛਾ ਹੈਗੀ ਆ ਕਿ ਉੱਥੇ ਪੱਕੇ ਹੋਣਾ ਨਹੀਂ ਉਹਨਾਂ ਦਾ ਇੱਕ ਲਿਮਟ ਹੈਗੀ ਆ ਦੋ ਸਾਲਾਂ ਬਾਅਦ ਵਾਪਸ ਆਉਣਾ ਜਾਂ ਤਿੰਨ ਸਾਲਾਂ ਬਾਅਦ ਵਾਪਸ ਆਉਣਾ ਉਹਨਾਂ ਦੇ ਕੋਰਸ ਤੇ ਡਿਪੈਂਡ ਕਰਦਾ ਤਾਂ ਇਸ ਵਿੱਚ ਦੱਸਿਆ ਗਿਆ ਹੈਗਾ ਜੀ ਇਸ ਆਪਾਂ ਗੱਲ ਕਰੀਏ ਸੀ ਕਿ ਜੋ ਇੱਕ ਥਾਂ ਤੋਂ ਜੀ ਦੂਜੀ ਥਾਂ ਤੇ ਜਾ ਕੇ ਵਸਦੇ ਨੇ ਠੀਕ ਹੈ ਜੀ ਉਹਨੂੰ ਪ੍ਰਵਾਸ ਕਿਹਾ ਜਾਂਦਾ ਤੇ ਉਹ ਆਪਦੀ ਕਹੋ ਜੀ ਜ਼ਮੀਨ ਨਾਲ ਜੁੜੇ ਹੋਏ ਨਹੀਂ ਜੀ ਠੀਕ ਹੈ ਆਧੀਆਂ ਜੜਾਂ ਦੇ ਨਾਲ ਆਪਣੇ ਸੱਭਿਆਚਾਰ ਨਾਲ ਜੁੜੇ ਹੋਏ ਨੇ ਜੀ ਮੁੜ ਕੇ ਦੇਸ਼ ਆਉਣ ਦੀ ਉਹਨਾਂ ਦੀ ਇੱਛਾ ਰਹਿੰਦੀ ਹੈ ਹਮੇਸ਼ਾ ਹੀ ਠੀਕ ਹੈ ਤਾਂ ਉਹ ਇਹੀ ਕੋਸ਼ਿਸ਼ ਹੁੰਦੀ ਹੈ ਕਿ ਉਹ ਜਲਦੀ ਤੋਂ ਜਲਦੀ ਆਪਦੇ ਦੇਸ਼ ਭਾਰਤ ਸਕਣ ਜੀ ਵਰਤਿਆ ਜਾਂਦਾ ਜੀ ਮੁਢਲੇ ਤੌਰ ਤੇ ਜੀ ਪ੍ਰਵਾਸ ਕਰਦੇ ਨੇ ਜੀ ਹਮੇਸ਼ਾ ਹੀ ਆਪਣੇ ਦੇਸ਼ ਨੂੰ ਕਹਿੰਦੇ ਜੀ ਅਪਣਾ ਲੈਂਦੇ ਨੇ ਤੇ ਸੰਸਾਰ ਵਿੱਚ ਪ੍ਰਵਾਸ ਦੇ ਵਰਤਾਰੇ ਦਾ ਇਤਿਹਾਸ ਦੀ ਆਪਾਂ ਗੱਲ ਕਰਦੇ ਹਾਂ ਕੀ ਪ੍ਰਵਾਸ ਕਦੋਂ ਤੋਂ ਸ਼ੁਰੂ ਹੋਇਆ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਚੁੱਕਿਆ ਕਿ ਬਹੁਤ ਪੁਰਾਣਾ ਇਤਿਹਾਸ ਹੈ ਉਸ ਦੀ ਆਪਾਂ ਥੋੜੀ ਜੀ ਚਰਚਾ ਕਰਾਂਗੇ ਇਤਿਹਾਸ ਕਿਸ ਤਰ੍ਹਾਂ ਦਾ ਕਿ ਜਦੋਂ ਆਪਾਂ ਗੱਲ ਕਰਦੇ ਸੀਗੇ ਕਿ ਇਤਿਹਾਸ ਹੈ ਜਿਹੜਾ ਜਦੋਂ ਆਪਾਂ ਭਾਰਤ ਨੂੰ ਸੋਨੇ ਦੀ ਚੜੀ ਕਿਹਾ ਜਾਂਦਾ ਸੀਗਾ ਲੋਕ ਆਕਰਸ਼ਿਤ ਹੋ ਗਏ ਜੀ ਠੀਕ ਹੈ ਪੁਰਾਣਾ ਇਤਿਹਾਸ ਕਰ ਪਹਿਲਾਂ ਜੀ 700 ਦੇ ਵਿੱਚ 700 ਤੋਂ ਬਾਅਦ 711 12 ਦੇ ਵਿੱਚ ਜੋ ਆਪਣੀ ਦੇਸ਼ ਤੇ ਹਮਲੇ ਸ਼ੁਰੂ ਹੋ ਗਏ ਠੀਕ ਹੈ ਉਸ ਤੋਂ ਪਹਿਲਾਂ ਵੀ ਆਪਾਂ ਗੱਲ ਕਰ ਰਹੇ ਹਾਂ ਜੀ ਪ੍ਰਾਣੀ ਸਭਤਾਵਾਂ ਦੇ ਵਿੱਚ ਠੀਕ ਹੈ ਜੀ ਹੜੱਪਾ ਸਭਤਾ ਹੜੱਪਾ ਸਭਤਾ ਤੋਂ ਵੀ ਪਹਿਲਾਂ ਇਹ ਸਾਰੇ ਗੱਲ ਜੋ ਹੁੰਦੀ ਹੈ ਉਹਦਾ ਜ਼ਿਕਰ ਆਉਂਦੀ ਹੈ ਪ੍ਰਵਾਸ ਦੀ ਗੱਲ ਹੁੰਦੀ ਹੈ ਜ਼ਿਕਰ ਠੀਕ ਹੈ ਪ੍ਰਵਾਸ ਪ੍ਰਵਾਸ ਦੀ ਆਪਾਂ ਗੱਲ ਕਰਦੇ ਹਾਂ ਜੀ ਜਦੋਂ ਆਕਰਸ਼ਿਤ ਹੁੰਦੇ ਸੀ ਅਸਲ ਵਿੱਚ ਉਹ ਆਰਥਿਕ ਦਾ ਹੀ ਪ੍ਰਵਾਸ ਦਾ ਕਾਰਨ ਸੀ ਉਦੋਂ ਤੋਂ ਹੀ ਸਮੇਂ ਤੋਂ ਹੀ ਉਸ ਸਮੇਂ ਤੋਂ ਹੀ ਆਪਾਂ ਪੁਰਾਣੇ ਸਮੇਂ ਤੋਂ ਗੱਲ ਕਰਦੇ ਹਾਂ ਜੀ ਭਾਰਤ ਵਿੱਚ ਸਿੰਧੂ ਘਾਟੀ ਦੀ ਸਬਤਾ ਦੇ ਵਿੱਚ ਇਹਦੇ ਪ੍ਰਮਾਣ ਮਿਲਦੇ ਜੀ ਲੋਕ ਇੱਕ ਥਾਂ ਤੋਂ ਦੂਸਰੀ ਦੇਸ਼ ਚਲੇ ਜਾਂਦੇ ਸੀ ਜਿਹੜਾ ਉੱਠ ਗਈ ਜੀ ਠੀਕ ਹੈ ਜੀ ਮਹਜੋਦ ਰੋਸ ਉੱਠ ਗਈ ਠੀਕ ਹੈ ਜੀ ਇਹ ਸਬਤਾ ਫਿਰ ਉਦੋਂ ਬਾਅਦ ਰਾਵੜੇ ਦਰਾਗੇ ਜੀ ਉਦੋਂ ਬਾਅਦ ਆਰੀਅਨ ਆ ਗਏ ਲੋਕ ਠੀਕ ਹੈ ਉਹ ਸਾਰੇ ਇੱਕ ਥਾਂ ਤੋਂ ਦੂਜੀ ਥਾਂ ਤੇ ਚਲੇ ਜਾਂਦੇ ਸੀ ਉਹ ਸਾਰਾ ਪ੍ਰਵਾਸ ਹੁੰਦਾ ਸੀ ਕੀ ਮੇਨ ਕਾਰਨ ਕੀ ਸੀ ਉਹਦਾ ਜੀ ਸਾਰਾ ਆਰਥਿਕਤਾ ਤੇ ਪੰਜਾਬ ਵਿੱਚ ਆ ਕੇ ਵਸੇ ਜੀ ਰਿਵ ਇਦਾਂ ਦੀ ਆਪਾਂ ਗੱਲ ਕਰਦੇ ਹਾਂ ਜੀ ਅਰਗਮ ਇਦਾਂ ਦੀ ਰਚਨਾ ਹੋਈ ਆ ਜੀ ਉਦੋਂ ਵੀ ਉਹ ਉਹਦੇ ਵਿੱਚ ਉਹਨਾਂ ਦਾ ਜ਼ਿਕਰ ਮਿਲਦਾਗਾ ਆਰੀਆ ਲੋਕ ਦੇ ਜੀ ਭਾਰਤ ਦੇ ਤੌਰ ਤੇ ਕਹ ਲਿਓ ਜੀ ਭਾਰਤ ਵਿੱਚ ਆਏ ਤੇ ਇੱਥੇ ਆ ਕੇ ਵਸਦੇ ਆ ਪੱਕੇ ਤੌਰ ਤੇ ਜੀ ਉਹਨਾਂ ਦੇ ਕਹ ਲਓ ਜੀ ਬਾਹਰੋਂ ਆਏ ਸੀ ਉਹ ਵੀ ਭਾਰਤ ਦੇ ਦੇਸ਼ ਵਿੱਚ ਬਹੁਤ ਜ਼ਿਆਦਾ ਪ੍ਰਭਾਵ ਪਿਆ ਉਹਨਾਂ ਦੀ ਆਪਾਂ ਗੱਲ ਕਰਦੇ ਰਹੇ ਆ ਜੀ ਪਰ ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਜੀ ਸਮੇਂ-ਸਮੇਂ ਤੇ ਏਨੇ ਕਈ ਉਦਾਹਰਨਾਂ ਅਲ ਸਿਕੰਦਰ ਅਰਗੰਦੀ ਗਜ਼ੈਂਪਲ ਲੈ ਲਓ ਜੀ ਹੋਰ ਬਹੁਤ ਸਾਰੇ ਏਨੇ ਕਈ ਜੋ ਆਪਾਂ ਹਮਲਾਵਾਰ ਆਏ ਨੇ ਜੀ ਆਪਣੀ ਦੇਸ਼ ਦੇ ਵਿੱਚ ਰਿਕ ਦਾ ਇਤਿਹਾਸ ਦੇਖ ਲਓ ਜੀ ਉਹ ਇੱਥੇ ਪ੍ਰਵਾਸ ਕਰਦੇ ਨੇ ਇਥੋਂ ਉਹਨਾਂ ਦਾ ਮੇਨ ਮਕਸਦ ਕੀ ਸੀ ਆਰਥਿਕਤਾ ਇਥੋਂ ਪੈਸਾ ਲੈਂਦੇ ਸੀ ਆਦੇਸ ਚਲੇ ਜਾਂਦੇ ਸੀ ਫਿਰ ਉਸ ਤੋਂ ਬਾਅਦ ਆਪਾਂ ਜਦੋਂ ਮੱਧਕਾਲ ਚਾਉਨੇ ਆ ਉਦੋਂ ਕੈਲੋਜੀ 712 ਦੇ ਵਿੱਚ ਹਮਲੇ ਹੁੰਦੇ ਨੇ ਸੀ ਠੀਕ ਹੈ ਉਦੋਂ ਫਿਰ ਉਸ ਤੋਂ ਬਾਅਦ ਮਹਮੂਦ ਗਜ਼ਨਵੀ ਵਰਗੇ ਆਂਦੇ ਨੇ ਸੀ ਫਿਰ ਉਸ ਤੋਂ ਬਾਅਦ ਜੀ ਹੋਰ ਆਂਦੇ ਨੇ ਜੀ ਸਾਰੇ ਆਏ ਜੀ ਆਪਣੇ ਦੇਸ਼ ਤੇ ਉਹਨਾਂ ਨੇ ਹਮਲੇ ਕੀਤੇ ਇੱਥੇ ਕੁ ਸਮੇਂ ਲਈ ਰਹੇ ਤੇ ਜਾਂ ਫਿਰ ਆਪਦੇ ਦੇ ਸਵਾਬ ਸੋਟ ਕੇ ਪੈਸਾ ਲੈ ਕੇ ਫਿਰ ਨਾਦਰ ਸਾਹਿਬ ਅਬਦਾਲੀਰ ਕਹਿੰਦੀ ਹੈ ਜੀ ਅਹਿਮਦ ਸ਼ਾਹ ਅਬਦਾਲੀਰ ਕਹਿੰਦੀ ਗੱਲ ਕਰਦੇ ਆ ਜੀ ਸਾਰੇ ਆਪਣੇ ਦੇਸ਼ ਦੇ ਭਾਰਤ ਦੇ ਉੱਪਰ ਹਮਲੇ ਕਰਦੇ ਤੇ ਇੱਥੋਂ ਮੰਦਰਾ ਵਗੈਰਾ ਤੋਂ ਪੈਸਾ ਸੋਨਾ ਲੁੱਟ ਕੇ ਲੈ ਕੇ ਜਾਂਦੇ ਤੇ ਆਦੇ ਦੇਸ਼ ਉੱਡ ਜਾਂਦੇ ਸੀ ਫਿਰ ਇਸ ਤੋਂ ਬਾਅਦ ਹੀ ਫਿਰ ਅਗਰੇਜ਼ ਵੀ ਆਉਂਦੇ ਆ ਜੀ ਠੀਕ ਹੈ ਪੰਜਾਬ ਤੇ ਰਾਜ ਸਥਾਪਿਤ ਕਰਦੇ ਆ ਜੀ ਠੀਕ ਹੈ ਫਿਰ ਉੱਥੋਂ ਕੀ ਕਰਦੇ ਦੀ ਜੋ ਸਿੱਖ ਉਹਦੇ ਵਿੱਚ ਭਰਤੀ ਹੁੰਦੀ ਹੈ ਜੀ ਫਿਰ ਉਹਨਾਂ ਨੂੰ ਸਮੁੰਦਰ ਪਾਰ ਭੇਜਣ ਲੱਗ ਗਏ ਜਿਹਦੇ ਆਪਾਂ ਇਤਿਹਾਸ ਵਿੱਚ ਆਪਾਂ ਗੱਲ ਕਰਦੇ ਹਾਂ ਜੀ 1857 ਦਾ ਵਿਰੋਧ ਦਾ ਬਦਰੋਹ ਹੋਇਆ ਸੀ ਜੋ ਉਹਦੇ ਵਿੱਚ ਕਾਰਨ ਵੀ ਰਹੇ ਨੇ ਜੀ ਸਮੁੰਦਰ ਪਾਰ ਲੜਾਈ ਲੜਨ ਲਈ ਭੇਜਿਆ ਜਾਂਦਾ ਸੀ ਉਸ ਦੀ ਵੀ ਆਪਾਂ ਗੱਲ ਕਰਦੇ ਹਾਂ ਜੀ ਠੀਕ ਹੈ ਜਿਹੜੇ ਫੌਜੀ ਸੀ ਦੱਖਣ ਪੂਰਬ ਦੇ ਕੈਲੋਜੀ ਮੁਲਕਾਂ ਵਿੱਚ ਜਿਵੇਂ ਮਲਾਇਆ ਸਿੰਗਾਪੁਰ ਆਦ ਕੰਗ ਦੇ ਵਿੱਚ ਜਾਂਦੇ ਨੇ ਸੀ ਪ੍ਰਵਾਸ ਦੇ ਨਾਲ ਗੱਲ ਕਰੀਏ ਜੀ ਇੱਕ ਆਪਾਂ ਨੂੰ ਸਾਰਿਆਂ ਨੂੰ ਜਿਹੜੀ ਹੈਗੀ ਹੈ ਦੁਖਦਾਈ ਘਟਨਾ ਦੇ ਬਾਰੇ ਸਾਰਿਆਂ ਨੂੰ ਪਤਾ ਜੀ ਕਾਮਾਗਾਟਾ ਮਰੂਦੀ ਜਹਾਜ਼ ਸੀ ਸਾਰੇ ਤੁਸੀਂ ਜਾਣਦੇ ਹੋ ਜੀ ਕੈਨੇਡਾ ਜਾਣ ਲਈ ਕਿਨੇ ਮੁਸਾਫਰ ਗਏ ਸੀਗੇ ਜੀ ਉਹ ਸਾਰਿਆਂ ਨੂੰ ਮੈਨੂੰ ਦੱਸਣ ਦੀ ਲੋੜ ਨਹੀਂ ਆ ਉਹਦੇ ਬਾਰੇ ਤੁਸੀਂ ਸਾਰੇ ਜਾਣਦੇ ਹੋ ਪੜਿਆ ਸੁਣਿਆ ਹੋਏਗਾ ਤਾਂ ਇਹ ਕੁਝ ਉਹਨਾਂ ਦਾ ਇਤਿਹਾਸ ਸੀਗਾ ਜੀ ਜੋ ਪ੍ਰਵਾਸ ਦਾ ਪ੍ਰਵਾਸ ਦੀ ਪ੍ਰਵਾਸਾ ਪ੍ਰਵਾਸ ਦਾ ਜਿਹੜਾ ਭਾਵ ਕੀ ਹੁੰਦਾਗਾ ਜੀ ਉਹ ਥੋੜੀ ਜੀ ਕੋਸ਼ਿਸ਼ ਕੀਤੀ ਸੀ ਦੱਸਿਆਗਾ ਤਾਨੂੰ ਚੰਗੀ ਤਰ੍ਹਾਂ ਉਮੀਦ ਕਰਦਾ ਸਮਝ ਆਇਆ ਹੋਵੇਗਾ ਅਗਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਕਾਰਨਾ ਤੇ ਤਤਾਂ ਦੀ ਜੋ ਪ੍ਰਵਾਸ ਦੇ ਨੇ ਜੀ ਉਹਨਾਂ ਦੇ ਬਾਰੇ ਧੰਨਵਾਦ ਜੀ ਵੀਡੀਓ ਨੂੰ ਵੇਖਣ ਲਈ ਉਮੀਦ ਕਰਦਾ ਕਿ ਸਾਰਿਆਂ ਨੂੰ ਪਸੰਦ ਆਊਗੀ ਤੇ ਵੀਡੀਓ ਨੂੰ ਲਾਈਕ ਕਰਨਾ ਜੀ ਆਪਦੇ ਦੋਸਤਾਂ ਦੇ ਨਾਲ ਸ਼ੇਅਰ ਕਰ ਦਿਓ ਕਿ ਉਹਨਾਂ ਨੂੰ ਵਧੀਆ ਨੌਲੇਜ ਐਜੂਕੇਸ਼ਨ ਮਿਲ ਸਕੇ ਇਹ ਆਪਣਾ ਮੇਨ ਮਕਸਦ ਹੈ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜਸਦੀ ਨਾਲ ਤੁਹਾਡੇ ਤੱਕ ਜੋ ਆਪਣੀਆਂ ਵੀਡੀਓ ਨੇ ਉਹ ਪਹੁੰਚਦੀਆਂ ਰਹਿਣ ਜੋ ਆਪਣਾ ਉਪਰਾਲਾ ਹੈਗਾ ਛੋਟਾ ਜਿਹਾ ਜੀ ਲੋਕਾਂ ਨੂੰ ਥੋੜੀ ਜਿਹੀ ਐਜੂਕੇਸ਼ਨ ਦੇਣ ਦਾ ਉਹਦੇ ਵਿੱਚ ਸਫਲ ਹੋ ਸਕੀ ਤੁਹਾਡਾ ਸਹਿਯੋਗ ਜ਼ਰੂਰੀ ਆ ਉਮੀਦ ਕਰਦਾ ਕਿ ਤੁਸੀਂ ਸਾਰੇ ਸਹਿਯੋਗ ਆਪਣੇ ਚੈਨਲ ਦੇ ਨਾਲ ਬਣਾ ਕੇ ਰੱਖੋਗੇ ਜੀ ਉਮੀਦ ਕਰਦਾ ਕਿ ਤੁਸੀਂ ਇਸੇ ਤਰ੍ਹਾਂ ਹੀ ਪੜਦੇ ਰਹੋ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਚ ਧੰਨਵਾਦ